हे प्राणनाथ गोविंद कृपा निधान गुरु हे संसार ताप हरण करुणा मैं सब दुख हरू हे शरण जोग दयाल है दीना नाथ मैं आ करूं शरीर स्वस्थ खीण समय सिमरंत नानक ਹਰਿ ਰਾਮ ਦਮੁਦਰ ਮਧਵੇ ਹਉ ਆਇਆ ਦੂਰੋਂ ਚਲ ਕੈ ਮੈਂ ਤੱਕੀ ਤਉ ਸਰਣਾਇ ਜੀਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭ ਦੁਖ ਗਵਾਇ ਜੀਉ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾਚੋ ਿਆ ਮਾਇਆ ਕੇ ਡੰਡੇ ਸੂਰ ਕੇ ਸਨਮੁਖ ਰਣ ਤੇ ਡਰਪੈ ਸਤੀ ਕੇ ਸਾਚੇ ਭਾਂਡੇ ਡੱਗ ਮੱਗ ਛਾੜ ਰੇ ਮਨ ਬਉਰਾ ਡੱਗ ਮੱਗ ਛਾੜ ਰੇ ਮਨ ਬਉਰਾ ਡੱਗ ਮੱਗ ਛਾੜ ਰੇ ਮਨ ਬਉਰਾ ਅਬ ਤਉ ਜਰੇ ਮਰੇ ਸਿਧ ਪਾਈਐ ਲੀਨੋ ਹਾਥ ਸੰਡੋਰਾ ਸੁਰਾ ਸੋ ਪਹਿਚਾਨੀਐ ਜੋ ਲਰ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬ ਹੂ ਨਾ ਛਾੜੈ ਖੇਤ ਮੋਹ ਮਰਨੇ ਕਾ ਚਾਉ ਹੈ ਮਰੂ ਤਾ ਹਰ ਕੈ ਦਵਾਰ ਮਤ ਹਰ ਪੂਛੈ ਕੌਨ ਹੈ ਪਰ ਹਮਾਰੇ ਤਾਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਾਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਅੱਜ ਤੇਰਾਪੋ ਦੇ ਪਾਵਨ ਦੀਵਾਨਨ ਦੀ ਆਪ ਹਾਜ਼ਰੀ ਭਰ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅੱਜ ਉਹਨਾਂ ਨੂੰ ਵਜ਼ੀਰ ਖਾਨ ਨੇ ਕਾਜ਼ੀ ਪਾਸੋਂ ਫਤਵਾ ਲਗਾ ਕੇ ਨੀਆਂ ਦੇ ਵਿੱਚ ਚਿੰਨਣ ਦਾ ਹੁਕਮ ਕੀਤਾ ਪਰ ਰੱਬ ਦੀ ਕਰਨੀ ਜਿਸ ਵੇਲੇ ਬਾਬਾ ਫਤਿਹ ਸਿੰਘ ਦੇ ਗੋਡੇ ਤੇ ਜਾਨੀ ਖਾਨ ਤੇ ਮਾਨੀ ਖਾਨ ਨੇ ਤੈਸੀ ਚਲਾਈ ਤੇ ਉਸ ਵੇਲੇ ਇਤਿਹਾਸਕਾਰ ਲਿਖਦੇ ਨੇ ਸਰਹੰਦ ਦੇ ਵਿੱਚ ਹਨੇਰੀ ਚੁੱਲ ਪਈ। ਔਰ ਉਹ ਕੰਦ ਜਿਹਦਾ ਜ਼ਿਕਰ ਅੱਲਾ ਯਾਰਖਾਂ ਜੋਗੀ ਕਰਦਾ ਹੈ ਕਿ ਉਹ ਐਸੇ ਜ਼ਾਲਮ ਸਮਾਣੇ ਦੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਉਹ ਇੱਟਾਂ ਤੇ ਇੱਟਾਂ ਚਿਣ ਕੇ ਚੜਾਈ ਜਾ ਰਹੇ ਨੇ ਇਹ ਕੋਈ ਕੰਨਾਂ ਸਿੱਧੀਆਂ ਨਹੀਂ ਹੋਈਆਂ ਖੜੀਆਂ। ਇਹ ਲੱਤਾਂ ਦੇ ਵਿੱਚੋਂ ਬਾਹਾਂ ਦੇ ਵਿੱਚੋਂ ਜਿੱਥੇ-ਜਿੱਥੇ ਥਾਂ ਸੀ ਇਹ ਇਵੇਂ ਇੱਟਾਂ ਚੜੀਆਂ ਨੇ ਇਹ ਪੂਰਨ ਰੂਪ ਦੇ ਵਿੱਚ ਤਨ ਨੂੰ ਤਨ ਦੇ ਇੱਕ-ਇੱਕ ਹਿੱਸੇ ਨੂੰ ਛੂੰਦੀ ਹੋਈ ਇਹ ਇੱਟਾਂ ਜਿਸ ਵੇਲੇ ਕਹਿੰਦੇ ਠੋਡੀ ਤੱਕ ਪਹੁੰਚੀਆਂ ਜ਼ੁਲਮ ਦੀ ਇੰਤਹਾ ਹੋਈ ਕੁਦਰਤ ਦੀ ਖਨੇਰੀ ਵੱਗੀ ਇੱਕ ਆਂਧ ਡਿੱਗ ਗਈ ਸਹਿਬਜ਼ਾਦਿਆਂ ਨੂੰ ਇੱਟਾਂ ਨਾਲ ਸੱਟਾਂ ਵੀ ਆਈਆਂ ਬੇਹੋਸ਼ੀ ਦੇ ਹਾਲਤ ਵਿੱਚ ਦੋਨੋਂ ਪਏ ਨੇ ਇਸ ਤੋਂ ਬਾਅਦ ਜੋ ਹੋਇਆ ਉਹ ਜ਼ੁਲਮ ਦਾ ਸਿਖਰ ਸੀ ਉਹ ਸੱਚੀ ਮੁੱਚੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੀ ਜਰ ਸਕਦੇ ਨੇ ਜੋ ਉਹਨਾਂ ਨੇ ਨੂਰੇ ਮਾਹੀ ਨੂੰ ਸਨੇਹਾ ਭੇਜ ਕੇ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣਿਆ ਅੱਜ ਸਿਰਫ ਔਰ ਸਿਰਫ ਛੋਟੇ ਸਹਿਬਜ਼ਾਦਿਆਂ ਨੂੰ ਸਮਰਪਿਤ ਹੀ ਇਹ ਦੀਵਾਨ ਨੇ ਉਨ੍ਹਾਂ ਤੋਂ ਅਲੱਗਾ ਕੋਈ ਹੋਰ ਗੱਲ ਨਹੀਂ ਬਸ ਸਹਿਬਜ਼ਾਦੇ ਤੇ ਗੁਰਬਾਣੀ ਸੁਰਤ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸ਼ਬਦ ਵਿੱਚ ਜੋੜੀਏ ਭਾਈ ਅਰਦਾਸ ਕਰੋ ਪਰਮੇਸ਼ਰ ਦਿੱਤਾ ਸਤਿਗੁਰ ਜੀ ਅੱਜ ਮਨ ਨੂੰ ਵਿਚਾਰਾਂ ਤੋਂ ਰੋਕੋ ਅੱਜ ਤੁਸੀਂ ਆਪ ਹੀ ਪਹਿਰਾ ਦੇ ਕੇ ਇਸ ਅਵੇੜੇ ਮਨ ਨੂੰ ਟਿਕਾਓ ਇਹ ਅੱਜ ਦੀ ਰਾਤ ਐ ਇਹਨੂੰ ਹੀ ਕਿਹਾ ਕਰਮਹੀਣ ਤਨ ਕਰਹਿ ਬਿਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਣ ਹੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਯਾਦ ਕਰੀਏ ਜੁੜੀਏ ਅਹਿਸਾਸ ਲੈ ਕੇ ਆਈਏ ਨੀਹਾਂ ਦਾ ਅਹਿਸਾਸ ਲੈ ਕੇ ਆਈਏ ਸੇਬਜ਼ਾਦਿਆਂ ਦੀ ਸ਼ਹਾਦਤਾਂ ਦਾ ਭਾਵਨਾ ਦੇ ਵਿੱਚ ਜੁੜੀ ਅੰਦਰ ਭਾਵਨਾ ਟਿਕਾਈਏ ਔਰ ਤਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਫਤਿਹ ਗੱਜ-ਵੱਜ ਕੇ ਸਾਂਝੀ ਕਰੀਏ ਜੀ ਸਾਰੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲਖਤੇ ਜਿਗਰ ਛੋਟੇ ਸਹਿਬਜ਼ਾਦਿਆਂ ਬਾਬਤ ਜਿਹੜਾ ਲਯਾਰਖਾਂ ਜੋਗੀ ਜ਼ਿਕਰ ਕਰਦਾ ਹੈ ਔਰ ਜਿਹੜਾ ਬਾਕੀ ਸਾਰਾ ਇਤਿਹਾਸ ਵੀ ਇਸ ਗੱਲ ਦੇ ਉੱਤੇ ਹਾਮੀ ਭਰਦਾ ਹੈ ਕਿ ਉਹਨਾਂ ਨੇ ਕੁਝ ਖਾਦਾ ਨਹੀਂ ਤਿੰਨ ਦਿਨ ਕੱਲ ਰਾਤ ਨੂੰ ਸਿਰਫ ਮੋਤੀ ਮੈਰੇ ਵੱਲੋਂ ਜਿਹੜਾ ਦੁੱਧ ਲਿਆਇਆ ਗਿਆ ਉਹਨੇ ਸੇਵਾ ਕੀਤੀ ਆਪਣੇ ਗਹਿਣੇ ਘਰ ਦਾ ਸਾਰਾ ਸਰਮਾਇਆ ਗਿਰਵੀ ਰੱਖਿਆ ਪਰ ਸੇਬ ਜਾਦਿਆਂ ਨੂੰ ਮੈਂ ਇਹ ਸੇਵਾ ਕਰਨੀ ਹੈ ਭਾਵਨਾ ਅੰਦਰ ਦੀ ਗੁਰੂ ਪਿਆਰਿਓ तकरीबन ਪਿਛਲੇ 6 ਦਿਨਾਂ ਤੋਂ ਇਹੀ ਗੱਲ ਕਰ ਰਿਹਾ ਇਥੇ ਭਾਵਨਾ ਨੂੰ ਹੀ ਭਾਗ ਲੱਗਦੇ ਨੇ ਭਾਵਨਾ ਤੋਂ ਬਾਹਰ ਜਾ ਕੇ ਬੰਦਾ ਕਹੇਗਾ ਚੱਲ 4 ਦਿਨ ਹੋਰ ਕੱਟ ਲੈਨੇ ਆ ਕੋਈ ਨਹੀਂ ਪਰ ਭਾਵਨਾ ਵਾਲਾ ਕਹੇਗਾ ਨਹੀਂ ਨਹੀਂ ਇਹ ਭਾਵਨਾ ਦੀਆਂ ਬਾਤਾਂ ਨੇ ਇਹ ਹੈ ਸਾਜ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਭਾਵਨਾ ਵਾਲਾ ਇਹ ਹੋਏਗਾ ਜਿਹੜਾ ਕਹੇਗਾ ਸਿਰ ਤਰਤਲੀ ਗਲੀ ਮੇਰੀ ਆਉ ਉਹ ਹੀ ਕਹੇਗਾ ਇਤ ਮਾਰਗ ਪੈਰ ਤੇਰੀ ਜੈ ਸਿਰ ਦੀਜੈ ਭਾਵਨਾ ਤੋਂ ਬਿਨਾ ਕਹੇਗਾ ਚਲ ਕੋਈ ਨਹੀਂ ਚਾਰ ਦਿਨ ਹੋਰ ਜੀ ਲਾਂਗੇ ਛੱਡੋ ਇਹ ਭਾਵਨਾ ਦੀਆਂ ਬਾਤਾਂ ਨੇ ਧੰ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰਾਂ ਨੂੰ ਲਖਤੇ ਜਿਗਰਾਂ ਨੂੰ ਪਹਿਲੇ ਦਿਨ ਕਚਹਿਰੀ ਸਜੀ ਹੈ ਹਰ ਤਰ੍ਹਾਂ ਦਾ ਲਾਲਚ ਦਿੱਤਾ ਗਿਆ ਸੁਚਾਨੰਦ ਕਹਿੰਦਾ ਵਜ਼ੀਰ ਖਾਂ ਇਹਨਾਂ ਨੂੰ ਪੁੱਛੋ ਜੇ ਇਹਨਾਂ ਨੂੰ ਛੱਡ ਦਿੱਤਾ ਜਾਏ ਤੇ ਕੀ ਕਰਨਗੇ ਕਹਿੰਦੇ ਪਿਤਾ ਜੀ ਨੂੰ ਲੱਭਾਂਗੇ ਸਿੰਘ ਇਕੱਠੇ ਕਰਾਂਗੇ ਫਿਰ ਜ਼ੁਲਮ ਦੀਆਂ ਜੜ੍ਹਾਂ ਨੂੰ ਕਟਾਂਗੇ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਫ਼ਰਤ ਨਹੀਂ ਹੈ ਇਸਲਾਮ ਦੇ ਨਾਲ ਅੱਜ ਵੀ ਦਾਸ ਸਾਰਾ ਦਿਨ ਬਾਰਡਰ ਤੇ ਹੀ ਸੀ ਅੱਜ ਵੀ ਉੱਥੇ ਕਥਾ ਦੀ ਲਗਾਤਾਰ ਸੇਵਾ ਤੇ ਉਥੇ ਮਲੇਰ ਕੋਟਲੀਏ ਤੋਂ ਵੀ ਆਈ ਹੋਈ ਸੀ ਭਾਈਚਾਰਾ ਸਾਰਾ ਮੈਂ ਉਹਨਾਂ ਨਾਲ ਮਿਲ ਕੇ ਇਹ ਵੀ ਬੇਨਤੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅੰਦਰ ਕੋਈ ਨਫ਼ਰਤ ਨਹੀਂ ਸੀ ਕਿ ਕੋਈ ਇਸਲਾਮ ਨਾਲ ਨਫ਼ਰਤ ਹੈ ਸਤਗੁਰ ਜੀ ਦੇ ਸਿਰਫ ਔਰ ਸਿਰਫ ਇੱਕੋ ਹੀ ਨਿਸ਼ਾਨੇ ਇੱਕੋ ਹੀ عقੀਦਤ ਨੂੰ ਜੋ ਗੁਰਬਾਣੀ ਦੇ ਵਿੱਚ ਦੱਸਿਆ ਉਸੇ ਕਰਕੇ ਸਤਗੁਰ ਜੀ ਨੇ ਰਣ ਤੱਤੇ ਵਿੱਚ ਤੇਗ ਵਾਈ ਹੈ ਔਰ ਉਹ ਸੀ ਜ਼ੁਲਮ ਦਾ ਨਾਸ਼ ਹੁਣ ਜ਼ੁਲਮੀ ਕਿਸੇ ਰੂਪ ਦੇ ਵਿੱਚ ਵੀ ਆ ਸਕਦਾ ਹੈ। ਸੁਰਜੀਤ ਪਾਤਰ ਐ ਨਹੀਂ ਲਿਖਦਾ। ਸੁਰਜੀਤ ਪਾਤਰ ਜੀ ਦੀਆਂ ਇਹ ਸਦਰਾਂ ਬੜੀ ਕਮਾਲ ਦੀਆਂ। ਕਹਿੰਦਾ ਕਿ ਜਿਸ ਤੇਗ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਟਿਆ ਉਸ ਤੇਗ ਤੋਂ ਲਹੂ ਕਦੀ ਸੁਕਣਾ ਨਹੀਂ। ਭਾਵੇਂ ਤਿਲਕ ਲਗਾ ਕੇ ਆ ਜਾਏ, ਭਾਵੇਂ ਦਸਤਾਰ ਸਜਾ ਕੇ ਆ ਜਾਏ ਔਰੰਗਜ਼ੇਬ ਸਾਡੋਂ ਤੋਂ ਲੁਕਣਾ ਨਹੀਂ। ਬੜੀ ਕਮਾਲ ਦੀ ਗੱਲ ਕੀਤੀ। ਸਤਿਗੁਰ ਜੀ ਨੇ ਇਸ ਗੱਲ ਦੀ ਬੜੀ ਵੱਡੀ ਦਾਨਸ਼ਮੰਦ ਬਿਰਤੀ ਦਿੱਤੀ ਹੈ ਕਿਉਂਕਿ ਬਾਣੀ ਦੇ ਵਿੱਚ ਜ਼ਿਕਰ ਕਰੋ ਅੰਦਰੋਂ ਝੂਠ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਜੇ ਨਾਮ ਹੈ ਉਤਰੈ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਧੜ ਤੇ ਭਲੇ ਸੰਸਾਰ ਤੈਨੂੰ ਨੇਹੋ ਲੱਗਾ ਰਬ ਸੇਤੀ ਦੇਖਣਾ ਵਿਚਾਰ ਰੰਗ ਹਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ ਖਸਮ ਤੋਂ ਬਿਨਾ ਨਹੀਂ ਪ੍ਰਵਾਹ ਪਰ ਇਥੇ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰੂ ਪਾਸ ਉਹ ਨਹੀਂ ਬਹਿ ਸਕਦੇ ਇੱਥੇ ਪਤਾ ਲੱਗ ਜਾਏਗਾ ਗੁਰੂ ਨੂੰ ਅੰਦਰ ਦੀ ਭਾਵਨਾ ਹੈ ਜਾਂ ਨਹੀਂ ਹੈ ਕਿਉਂਕਿ ਉਹਨਾਂ ਦੀ ਭਾਵਨਾ ਕਿਉਂਕਿ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਉਹ ਵੱਲ ਛਲ ਕਰ ਝੱਟ ਕਢਾਉਂਦੇ ਉਹ ਲਗਾਉਂਦੇ ਨੇ ਸਮਾਂ ਕਦੀ ਘੜੀ ਵੇਖ ਲਈ ਕਦੀ ਗੋਡਾ ਦਰਦ ਕਦੀ ਹਾਏ ਇਹ ਦੇਖਾਂ ਇਹ ਕਮੀ ਹੈ ਇਹ ਕਮੀ ਹੈ ਇਹ ਮਾੜਾ ਉਹ ਕੀ ਕਰ ਰਿਹਾ ਹੈ ਇਮਾਰਾ ਜੀ ਨੇ ਬਾਣੀ 'ਚ ਪਹਿਲਾਂ ਹੀ ਕਹਿ ਦਿੱਤਾ ਇਹਨੂੰ ਕਥਾ ਕਰਨ ਦੀ ਲੋੜ ਨਹੀਂ ਐ ਇਹਨੂੰ ਖੋਲਣ ਦੀ ਲੋੜ ਨਹੀਂ ਐ ਇਹ ਬਸ ਸਮਝਣਾ ਐ ਤੇ ਮਨ 'ਚ ਵਸਾਉਣਾ ਹੈ ਜਿਨ ਕੇ ਚਿਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਉਥੈ ਸੱਚ ਵਰਤ ਦਾ ਕੁੜਿਆਰਾ ਚਿਤ ਉਦਾਸ ਉਹ ਵੱਲ ਛਲ ਕਰ ਝੱਟ ਕਢਾਉਂਦੇ ਫਿਰ ਜਾਏ ਬਹਿ ਕੁੜਿਆਰਾ ਪਾਸ ਵਿੱਚ ਸੱਚੇ ਕੂੜ ਦਾ ਗੱਡੇ ਹੀ ਕਰ ਜੇ ਦੇਖੋ ਕੋ ਨਿਰਜਾਸ ਜਿਹੜਾ ਸੱਚਾ ਹੋਏਗਾ ਨਾ ਉਹਨੂੰ ਕੋਈ ਹਿਲਾ ਨਹੀਂ ਸਕਦਾ ਇਹ ਸੱਚੇ ਸਨ ਜਿਨ੍ਹਾਂ ਨੂੰ ਕੋਈ ਹਿਲਾ ਨਹੀਂ ਸਕਿਆ ਕੋਈ ਲਾਲਚ ਨਹੀਂ ਹਲਾ ਸਕਿਆ ਕੋਈ ਭੁੱਖ ਕੋਈ ਮਾਰ ਕੋਈ ਡਰ ਕੋਈ ਭੀੜ ਦਾ ਅਸਰ ਤੇ ਕੋਈ ਜ਼ੁਲਮੀ ਸਰਕਾਰ ਉਸ ਤਾਕਤ ਦਾ ਅਸਰ ਨਹੀਂ ਕਬੂਲ ਕੀਤਾ ਕਿਉਂਕਿ ਵਿੱਚ ਸੱਚੇ ਕੂੜ ਦਾ ਗੱਡਾ ਹੀ ਜਿਹਦੇ ਅੰਦਰ ਨਿਸ਼ਾਨ ਗੜ ਗਏ ਨਾ ਸਾਹਿਬ ਜੀ ਦੇ ਉਥੇ ਫਿਰ ਕੂੜ ਦਾ ਕੋਈ ਥਾਂ ਨਹੀਂ ਹੁੰਦਾ ਕਿਉਂਕਿ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਪਾਸ ਦਾ ਮਤਲਬ ਪਹਿਲੀ ਚੀਜ਼ ਜ਼ਹਿਰ ਪਰਾਂ ਹੋਏਗਾ ਤੇ ਤਾ ਅਮਰਤ ਪਏਗਾ ਇਹ ਬਿਖਦੇ ਅੰਦਰ ਅਮਰਤ ਨਹੀਂ ਪੈ ਸਕਦਾ ਇਨੂੰ ਵਿਖ ਕੱਢਣਾ ਪਏਗਾ ਫਿਰ ਸਰਵਣ ਕਰੋ ਕਿ ਵਿੱਚ ਸੱਚੇ ਕੂੜ ਨਾ ਗੱਡੇਈ ਕਰ ਵੇਖੋ ਕੋ ਨਿਰਜਾਸ ਕੁੜਿਆਰ ਕੁੜਿਆਰੀ ਜਾਇਰਲ ਹੈ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਸਤਿਗੁਰ ਦੇ ਪਾਸ ਉਹੀ ਟੁਕਦੇ ਨੇ ਉਹੀ ਸ਼ੋਭਾ ਪਾਉਂਦੇ ਨੇ ਸਹੀ ਸੁੰਦਰ ਸੋਹਣੇ ਸਾਜ ਸੰਗ ਜਿਨ ਮਹਿਣੇ ਉਹੀ ਸ਼ੋਭਾ ਮਾਣਦੇ ਨੇ ਜਿਨੇ ਜਿਹੜਾ ਆਪਣਾ ਮਾਣ ਤਿਆ ਕੇ ਆਏ ਨੇ ਇਆਨੜੀਏ ਮਾਂਡੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸ਼ਹੁ ਨੇੜੇ ਉਹ ਨੇੜੇ ਹੈ ਉਹ ਬਾਹਰੋਂ ਨਹੀਂ ਦੂਰ ਉਹ ਅੰਦਰੋਂ ਨੇੜੇ ਹੈ ਸ਼ਹੁ ਨੇੜੇ ਧਨ ਕਮਲੀਏ ਬਾਹਰ ਕਿਆ ਢੁੰਡੇ ਹੈ ਭੈ ਕੀਆ ਦੇ ਸਲਾਈਆਂ ਨਹਿਣੀ ਭਾਵ ਕਾ ਕਰ ਸਾਰੀ ਗੱਲ ਆ ਕੇ ਭਾਵ ਤੇ ਮੁਕੇਗੀ ਜੀ ਸਾਰੀ ਗੱਲ ਭਾਵਨਾ ਤੇ ਮੁਕੇਗੀ ਜੇ ਕਠੋਰਤਾ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਪੱਥਰ ਨੂੰ ਹਜ਼ਾਰ ਸਾਲ ਪਾਣੀ ਚ ਰੱਖੋ ਅੰਦਰੋਂ ਉਹ ਸੁੱਕੇ ਦਾ ਸੁੱਕਾ ਹੈ। ਖੁਸ਼ਕ ਮਨ ਭਾਵਨਾ ਤੋਂ ਬਿਨਾ 100 ਵਾਰੀ 100 ਸਾਲ ਵੀ ਰੱਬ ਦੇ ਦਰ ਤੇ ਆ ਜੇ ਮਹਾਰਾਜ ਕਹਿੰਦੇ ਉਹ ਸੁੱਕੇ ਦਾ ਸੁੱਕਾ ਹੀ ਹੈ। ਉਹਨੂੰ ਫਰਕ ਨਹੀਂ ਪੈਂਦਾ। ਕਿਉਂਕਿ ਇੱਥੇ ਫਰਕ ਕਰ ਦਿੱਤਾ ਭਾਈ ਗੁਰਦਾਸ ਜੀ ਮਾਨ ਸਰ ਹੰਸ ਸਾਧ ਸੰਗਤ ਭਰਮ ਹੰਸ ਧਰਮ ਤੁਜਾ ਧਰਮਸਾਲਾ ਚਲ ਆਵਹੀ ਉਤਮੁਕਤਾ ਹਲ ਆਹਾਰ ਦੁਤੀਆ ਨਾਸ਼ਤ ਇਤ ਗੁਰ ਸ਼ਬਦ ਸੁਰਤਿ ਲੇ ਬਲਾਵੇ। ਇੱਥੇ ਹੰਸ ਖੀਰ ਕੀ ਇਹ ਦੁੱਧ ਕੀ ਆ ਤੇ ਪਾਣੀ ਕੀ ਆ ਉਹਦਾ ਨਖੇੜਾ ਬਾਣੀ ਤੋਂ ਕਰ ਲੈਣਗੇ ਪਰ ਜਿਨ੍ਹਾਂ ਨੇ ਰੋਲਾ ਪਾਉਣਾ ਹੈ ਜਿਨ੍ਹਾਂ ਨੇ ਵੰਡੀਆਂ ਪਾਉਣੀਆਂ ਜਿਨ੍ਹਾਂ ਨੇ ਵਕਤ ਹੀ ਖੜੇ ਕਰਨੇ ਆ ਉਹ ਗੁਰੂ ਦੇ ਸਾਹਮਣੇ ਬੈਠ ਕੇ ਵੀ ਇਹਦਾ ਨਖੇੜਾ ਨਹੀਂ ਕਰ ਸਕਣਗੇ ਉਹ ਮੰਦ ਦੇ ਅੰਦਰ ਅੱਜ ਦੇਖੋ 10 ਸਾਲ ਤੋਂ ਵੱਧ ਹੋ ਗਏ ਦਾਸ ਨੂੰ ਕਥਾ ਕੁਝ ਵੀ ਸਮਾਂ ਨਹੀਂ ਹੈ ਪਰ ਮੈਂ ਇਸ ਸਟੇਜ ਨੂੰ ਇਸ ਲਈ ਸਜਦਾ ਕਰਦਾ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਨੇ ਕਵਿਤਾ ਸੁਣਾਈ ਉਸ ਸਮੇਂ ਤੋਂ ਇਸ ਸਟੇਜ ਤੇ ਕੀਰਤਨ ਕਰ ਰਿਹਾ ਦਾਸ ਹੈ ਨਿੱਕੇ ਨਿੱਕੇ ਕਿੰਨੇ ਕੁ ਉਮਰ ਹੋਏਗੀ 7 ਸਾਲ 8 ਸਾਲ ਸਤਿਗੁਰ ਦੀ ਕਿਰਪਾ ਇਸੇ ਸਟੇਜ ਤੋਂ 8 9 ਸਾਲ ਤਬਲਾ ਵਜਾਇਆ ਭੈਣ ਨਾਲ ਕੀਰਤਨ ਕੀਰਤਨ ਵੀ ਪਹਿਲੀ ਵਾਰ ਮੈਨੂੰ ਯਾਦ ਹੈ ਬਾਣੀ ਕੰਠ ਕਰਕੇ ਸ਼ਬਦ ਗਾਇਆ ਸੀ ਇੱਥੇ ਮੈਨੂੰ ਇਨਾ ਮਾਣ ਹੋਇਆ ਸੀ ਕਿ ਪਰਚੀ ਕਾਗਜ਼ ਤੇ ਲਿਖੇ ਉਸ ਵੇਲੇ ਮੋਬਾਈਲ ਤੇ ਹੁੰਦੇ ਨਹੀਂ ਸੀ ਬੱਚਿਆਂ ਨੂੰ ਉਤਸ਼ਾਹ ਕਰੋ ਜਿਹੜੇ ਬਹਿਣਦੇ ਨੇ ਸਟੇਜ ਦੇ ਉੱਤੇ ਅੱਜ ਅਜ ਉਹ ਕੱਲ ਨੂੰ ਆਉਣ ਵਾਲੇ ਸਮੇਂ 'ਚ ਵੱਡਾ ਕਰਨਗੇ ਕੁਝ ਇਸ ਕਰਕੇ ਮੈਂ ਇਹ ਗੱਲ ਕੋਈ ਮਾਣ ਵਸਤੇ ਨਹੀਂ ਸਰਵੇ ਗੁਰੂ ਦੀ ਕਿਰਪਾ ਵੱਡੀ ਹੁੰਦੀ ਹੈ ਤੋਰੀਏ ਬੱਚਿਆਂ ਨੂੰ ਸਾਨੂੰ ਤੇ ਡਰ ਲੱਗਦਾ ਹਾਏ ਕਿਥੇ ਬਾਬਾ ਨਾ ਬਣ ਜੇ ਹਾਏ ਕਿਥੇ ਧਰਮੀ ਨਾ ਬਣ ਜੇ ਕਿਥੇ ਕਿਹੜੇ ਪਾਸੇ ਨਾ ਤੁਰ ਪੇ ਹਾਂ ਜੀ ਪੁੱਠਾ ਤੁਰੇਗਾ ਤਾਂ ਫਿਰ ਦੇਖਿਓ ਫਿਰ ਫਿਰ ਬੰਦਾ ਕਹਿੰਦਾ ਭਾਈ ਸਾਹਿਬ ਜੀ ਦੱਸੋ ਕੀ ਕਰੀਏ ਹੁਣ ਬੱਚਿਆਂ ਦਾ ਮੈਂ ਕਿਹਾ ਹੁਣ ਮੈਂ ਕੀ ਦੱਸਾਂ ਭਾਈ ਪਹਿਲਾਂ ਤੂੰ ਨਹੀਂ ਪੁੱਛਿਆ ਪਹਿਲਾਂ ਕਿਉਂ ਨਹੀਂ ਸੋਚਿਆ ਇਹ ਤੇ ਰੰਗ ਲਾਗਤ 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 ਹੈ ਆਓ ਜੀ ਹੁਣ ਭਾਵਨਾ ਨੂੰ ਨਮਸਕਾਰ ਕਰੀਏ ਬਾਣੀ ਵਿੱਚੋਂ ਸੈਂਕੜੇ ਉਦਾਹਰਣ ਲੈ ਲਈਏ ਭਾਵਨਾ ਦੇ ਉੱਤੇ ਕਿ ਜਿਹਦੇ ਅੰਦਰ ਭਾਵਨਾ ਹੈ ਉਹਦੇ ਅੰਦਰ ਹੀ ਬੀਜ ਲੱਗਦਾ ਹੈ ਦੇਖੋ ਧੰਗੁਰ ਨਾਨਕ ਸਾਹਿਬ ਜੀ ਦਾ ਬਚਨ ਹੈ ਛਾਇਵ ਜੀ ਕਹਿੰਦੇ ਹੈ ਸਰੀਰ ਰੂਪੀ ਧਰਤੀ ਪਾਉ ਦੀ ਹੋਏਗੀ ਪਾਉ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇਹ ਪਾਣੀ ਹੋਏ ਕਿਰਸਾਨ ਜਮਾਇ ਲੈ ਪਿਛਤ ਜੋ ਦੋਜਕ ਮੁੜੇ ਏਵ ਜਾਣੀ ਇਹ ਨਾਮ ਦਾ ਬੀਜ ਉਹਨਾ ਚਿਰ ਤੱਕ ਅੰਦਰ ਪ੍ਰਗਟ ਨਹੀਂ ਹੋਏਗਾ ਜਿੰਨਾ ਚਿਰ ਤੱਕ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ 부ਝਾ ਕੋਏ ਹਰ ਸਿੱਖ ਕਿਸਾਨ ਹੈ ਬਾਰੋਂ ਭਾਵੇਂ ਅਸੀਂ ਖੇਤੀ ਨਹੀਂ ਕਰਦੇ ਪਰ ਬੰਦਗੀ ਕਰਨ ਵਾਲਾ ਹਰ ਇੱਕ ਸਿੱਖ ਕਿਸਾਨ ਹੈ ਗੁਰੂ ਨਾਨਕ ਸਾਹਿਬ ਜੀ ਦਾ ਕੀਰਤੀ ਹੈ ਬੰਦਗੀ ਵਾਲਾ ਕੀਰਤੀ ਹੈ ਉਨੇ ਮਨ ਦੀ ਕਰਸਾਨੀ ਕਰਨੀ ਹੈ ਮਨ ਦੇ ਅੰਦਰ ਨਾਮ ਦਾ ਬੀਜ ਬੋਣਾ ਹੈ ਤੇ ਫਿਰ ਬੀਜ ਸਿੱਧਾ ਬੋਇਆ ਜਾਏ ਜਾਂ ਪੁੱਠਾ ਬੋਇਆ ਜਾਏ ਇਹ ਨਹੀਂ ਦੇਖਿਆ ਜਾਂਦਾ ਬੀਜ ਸੁੱਟਦਾ ਉਹਨੇ ਪੁੰਗਰ ਜਾਣਾ ਜੇ ਜ਼ਰਖੇਸ ਧਰਤੀ ਹੈ ਐਵੇਂ ਜਪੀਏ ਭਾਈ ਸਾਹਿਬ ਉਵੇਂ ਜਪੀਏ ਕਿਵੇਂ ਜਪੀਏ ਕੀ ਕਰੀਏ ਭਾਈ ਬੀਜ ਪੁੱਠਾ ਸਿੱਧਾ ਨਹੀਂ ਹੈ ਇੱਥੇ ਤੇ ਇੱਤ ਤਨ ਲੱਗਾ ਬਾਣੀਆਂ ਸੁਖ ਹੋਵੇ ਸੇਵਕ ਬਾਣੀਆਂ ਇੱਥੇ ਤੇ ਕਿਥੇ ਵੀ ਵਰਤ ਸਕਦੀ ਹੈ ਇੱਥੇ 7 ਤੇ 9 ਸਾਲ ਦੇ ਬਾਬਿਆਂ ਵਿੱਚ ਵੀ ਵਰਤ ਸਕਦੀ ਹੈ ਤੇ ਦੁਨੀਆਂ ਦੇ ਲੋਕ ਕਹਿੰਦੇ ਐ 60 ਸਾਲ ਦੀ ਉਮਰ ਰਿਟਾਇਰਮੈਂਟ ਦੀ ਐ ਧੰਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ 60 ਸਾਲ ਤੋਂ ਬਾਅਦ ਹੀ ਵਰਤੀ ਐ ਜਿਹਨੂੰ ਅਸੀਂ ਕਹਿੰਦੇ ਰਿਟਾਇਰਮੈਂਟ 60 ਸਾਲ ਤੋਂ ਲੈ ਕੇ 72 ਸਾਲ ਦੀ ਉਮਰ ਤੱਕ ਸੇਵਾ ਕੀਤੀ ਐ 72 ਸਾਲ ਦੀ ਉਮਰ ਦੇ ਬਾਅਦ ਗੁਰੂ ਬਣੇ ਨੇ ਔਰ ਇੱਕੋ ਹੀ ਸ਼ਬਦ ਮੰਨੂ ਇੱਕੋ ਹੀ ਸ਼ਬਦ ਮੰਨੂ ਹਿਲਾ ਗਿਆ ਭਾਵਨਾ ਉਹ ਸ਼ਬਦ ਘਰ ਦੇ ਵਿੱਚ ਨੂ ਰਾਣੀ ਮਧਾਣੀ ਰੜਕਦੀ ਸੀ ਜੇ ਸ਼ਬਦ ਪੜਦੀ ਸੀ ਕਿ ਇਹ ਜਿਹੜਾ ਤਨ ਹੈ ਨਾ ਇਹ ਪਾਪਾਂ ਦਾ ਭਰਿਆ ਹੋਇਆ ਅੰਦਰ ਚਿੰਤਾ ਹੈ ਕੂੜ ਹੈ ਕਬਾੜ ਹੈ ਰੱਬ ਦੀ ਨਿਆਮਤ ਇੰਨੀ ਸੋਹਣੀ ਹੈ ਪਰ ਇਹਦੇ ਅੰਦਰ ਕੋਈ ਰੱਬ ਦਾ ਨਾਮ ਨਹੀਂ ਸਭ ਕੁਝ ਕੂੜੀ-ਕੂੜ ਉਹ ਵੀ ਹੂਏ ਉਹ ਵੀ ਹੂਏ ਹਾਏ ਹਾਏ ਸਦਾਈ ਕਿ ਮਾਰਾ ਜੀ ਨੇ ਬਚਨ ਸਰਵਣ ਕੀਤਾ ਨਾ ਜਦ ਕਿ ਜਿਹੜਾ ਇਹ ਤਨ ਹੈ ਇਹਦੇ ਅੰਦਰ ਕੋਇਲੇ ਪਾਪ ਪੜਹਿ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਭਈ ਕਹਿੰਦੇ ਸਾਰੀ ਉਮਰ ਲੰਗੀ ਹੈ ਗੁਰੂ ਚੇਤਾ ਨਹੀਂ ਆਇਆ ਇਹਦੇ ਅੰਦਰ ਚਿੰਤਾ ਹੈ ਇਹਦੇ ਅੰਦਰ ਫਰੇਬੀ ਹੈ ਢੋਂਗ ਹੈ ਧੋਖਾ ਹੈ ਕਪਟ ਹੈ ਕਠੋਰ ਪੁਨਾ ਹੈ ਗੁਰੂ ਦੀ ਕਿਰਪਾ ਕਿਵੇਂ ਹੋਏਗੀ ਤੇ ਅਗਲਾ ਬਚਨ ਜਦ ਸੁਣਿਆ ਨਾ ਭਇਆ ਮਨੂਰ ਮਨੂਰ ਕਹਿੰਦੇ ਜੰਗਲ ਆ ਹੋਇਆ ਲੋਹਾ ਵਰਗਾ ਮਨ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਿਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਹ ਜਿਨਨੇ ਸਵਾਲ ਨੇ ਨਾ ਸਾਡੇ ਮਨ ਦੇ ਸਭ ਖਤਮ ਹੋ ਜਾਣਗੇ ਕਿ ਸਹਿਬਜ਼ਾਦੇ ਨੇ ਰਾਤਾਂ ਕਿਵੇਂ ਬਤੀਤ ਕੀਤੀਆਂ ਭੁੱਖੇ ਕਿਵੇਂ ਰਹਿ ਗਏ ਵਜ਼ੀਰ ਖਾਂ ਦੇ ਸਾਹਮਣੇ ਅੜ ਕਿਵੇਂ ਗਏ ਸ਼ਹਾਦਤਾਂ ਕਿਵੇਂ ਕਬੂਲ ਕਰ ਲੀਆਂ ਬਸ ਇੱਕ ਨਾਮ ਅੰਮ੍ਰਿਤ ਉਹ ਦੇਵੈ ਇੱਕ ਸ਼ਾਂਤੀ ਬੂੰਦ ਮਿਲ ਜਾਏ ਨਾ ਨਾਮ ਦੀ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾ ਤੇ ਤੇਰਾ ਫਿਰ ਉਸ ਤੋਂ ਬਾਅਦ ਫਿਰ ਮਹਿਮਾ ਗਾਈ ਨਹੀਂ ਜਾ ਸਕਦੀ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਹੱਗ ਹਰੇ ਨਿਰਮਲ ਪਹੇ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਕੀੜੀ ਹੱਥੀ ਨਾਲ ਹਾਥੀ ਨਾਲ ਮੁਕਾਬਲਾ ਕਰ ਜਾਂਦੀ ਜੇ ਮਹਾਰਾਜ ਕਹਿ ਰਹੇ ਨੇ ਤੇ ਕੀਤਾ ਮੁਕਾਬਲਾ ਉਹਨਾਂ ਨੇ ਉਮਰਾਂ ਕਰਕੇ ਕੀਟ ਹੈ ਛੋਟੇ ਨੇ ਤੇ ਤਾਕਤ ਕਰਕੇ ਉਹ ਹਸਤੀ ਹੈ ਹਾਥੀ ਤਾਕਤ ਅਹੰਕਾਰ ਦੇ ਵਿੱਚ ਆਫਰਿਆ ਹੋਇਆ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਦੀ ਜੀਤਾ ਦਮ ਸ਼ਰਮ ਕਰਤੇ ਦਮ ਆੜ ਕੋ ਤੇ ਗਣੀ ਤਨੀਤਾ ਇਹ ਹੈ ਸਿੰਘ ਬਿਲਾਈ ਹੋਏ ਗਿਓ ਤ੍ਰਣ ਮੇਰ ਦਿਖੀਤਾ ਜਦ ਗੁਰੂ ਦੀ ਕਿਰਪਾ ਵਰਤਦੀਆਂ ਨਾ ਉਹ ਤਨਕਿਆਂ ਨੂੰ ਸੁਮੇਰ ਪਰਬਤ ਦਿਖਾ ਦਿੰਦੀ ਹੈ ਤਣਕੇ ਵੱਡੇ ਮਹਾਨ ਪਰਬਤਾਂ ਦੀ ਤਰ੍ਹਾਂ ਅਡੋਲ ਖੜੇ ਹੋ ਜਾਂਦੇ ਮੰਨ ਦੇ ਅੰਦਰੋਂ ਸ਼ੰਕਾ ਦੂਰ ਕਰੋ ਸਹਿਬਜ਼ਾਦਿਆਂ ਦੀ ਗਾਥਾ ਸੁਣਨ ਆਇਓ ਕਿ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਤਾਂ ਇਹ ਸ਼ਹਾਦਤ ਇਹ ਸਫਰ ਇਸ਼ਹਾਦਤ ਸੁਣਨਾ ਪ੍ਰਵਾਨ ਹੈ ਜੇ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਨਾ ਕਿ ਸਿੰਘ ਬਿਲਾਈ ਹੋਏ ਗਿਓ ਬਿੱਲੀ ਰੂਪੀ ਮਨ ਡਰਪੋਕ ਮਨ ਕਹਿੰਦੇ ਇਹ ਇਸ ਰੂਪ ਦੇ ਵਿੱਚ ਹੰਕਾਰੀ ਅਹੰਕਾਰੇ ਰੂਪੀ ਸ਼ੇਰ ਨੂੰ ਵੀ ਮਾਰ ਦਿੰਦਾ ਤੇ ਤ੍ਰਿਣ ਮੇਰ ਦਿਖੀਤਾ ਜਿਹੜੇ ਕਹਿੰਦੇ ਨਾ ਛੋਟੇ ਛੋਟੇ ਲਾਲ वजीर खान ਦੇ ਸਾਹਮਣੇ ਕਚੈਰੀ ਦੇ ਸਾਹਮਣੇ ਸੁਚਾਨੰਦ ਦੇ ਸਾਹਮਣੇ ਸ਼ੇਰ ਮੁਹੰਮਦ ਖਾਨ ਦੇ ਸਾਹਮਣੇ ਔਰੰਗਜ਼ੇਬ ਦੇ ਸਾਹਮਣੇ ਸੁਮੀਰ ਪਰਬਤ ਵਰਗੇ اڈੋਲ ਖੜ ਗਏ ਕਰ ਲੋ ਜੋ ਕਰਨਾ ਹੈ ਕੀ ਕਰ ਲੋਗੇ ਮਾਰ ਹੀ ਲੋਗੇ ਇਸ ਤੋਂ ਬਾਅਦ ਤੇ ਕੁਝ ਨਹੀਂ ਕਰ ਸਕਦੇ ਜਾਨ ਹੀ ਕੱਢ ਲੋਗੇ ਹੋਰ ਤੇ ਕੁਝ ਨਹੀਂ ਕਰ ਸਕਦੇ ਇਹ ਭਾਵਨਾ ਹੈ ਕਿਉਂਕਿ ਇੱਥੇ ਪਤਾ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਹौं ਸਬਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ ਦਾਦੀ ਨੇ ਕਹਤਾ ਹੈ ਕਿ ਬੱਚਿਓ ਬਸ ਮਾਰ ਹੀ ਸਕਣਗੇ ਇਸ ਤੋਂ ਬਾਦ ਹੋਰ ਕੁਝ ਨਹੀਂ ਕਰ ਸਕਦੇ ਹੋਰ ਕੁਝ ਨਹੀਂ ਹੋਏਗਾ ਹੋਰ ਕੁਝ ਨਹੀਂ ਹੋਏਗਾ ਤੇਰਾ ਮਤਲਬ ਮਰ ਜਾਣਾ ਫਿਰ ਖਤਮ ਹੈ ਜ਼ਿੰਦਗੀ ਦਾ ਖਤਮ ਹੈ ਤੇ ਦਾਦੀ ਕਹਿੰਦੀ ਗੁਰੂ ਅਰਜੁਨ ਸਾਹਿਬ ਜੀ ਸ਼ਾਹਦਤ ਦੇਖੋ ਮਰਾ ਲਫ਼ਜ਼ ਫਿਰ ਮੈਂ ਕਹਿ ਰਿਹਾ ਹੱਥ ਜੋੜ ਕੇ ਇਹ ਨਾ ਕਹੋ ਕਿ ਮਰਿਆ ਮਰਿਆ ਲਫ਼ਜ਼ ਵਰਤ ਰਿਹਾ ਗੁਰੂ ਅਮਰਦਾਸ ਜੀ ਦਾ ਇੱਕ ਸ਼ਬਦ ਹੈ ਸੱਤ ਵਾਰੀ ਮਰਨਾ ਆਇਆ ਸੱਤ ਵਾਰੀ ਹੁਣੇ ਗਿਣ ਲਓ ਪੋਟਿਆਂ ਤੇ। ਕਿਆ ਜਾਣਾਂ ਕਿਵ ਮਰਾਂਗੇ। ਇੱਕ ਵਾਰੀ ਆ ਗਿਆ ਨਾ ਕੈਸਾ? ਦੋ ਵਾਰੀ ਆ ਗਿਆ। ਜੇਕਰ ਸਾਈਂ ਮਨੋਂ ਨਾ ਵੀਸਰੇ ਤਾਂ ਮਰਨਾ ਹੋਏ। ਤਿੰਨ ਵਾਰੀ ਆ ਗਿਆ। ਚੌਥਾ ਮਰਣਾ ਤੇ ਜਗਤ ਡਰੈ। ਚਾਰ ਵਾਰੀ ਆ ਗਿਆ ਜੀਵਿਆ ਲੋੜੈ ਸਭ ਕੋਏ ਗੁਰਪ੍ਰਸਾਦੀ ਜੀਵਤ ਮਰੈ। ਪੰਜ ਵਾਰੀ ਆ ਗਿਆ। ਹੁਕਮੈ 부ਜੈ ਸੋਏ ਨਾਨਕ ਐਸੀ ਮਰਣੀ ਜੋ ਮਰੈ ਬਹਰਨਾ ਸੱਤ ਵਾਰੀ ਤੇ ਅਸੀਂ ਕਹਿੰਦੇ ਮਰਨਾ ਕਿਉਂ ਵਰਤਦੇ ਇੱਕ ਸ਼ਬਦ ਦੇ ਵਿੱਚ ਸੱਤ ਵਾਰੀ ਗਿਣ ਲਿਆ ਤੁਸੀਂ ਇਥੇ ਮਰਨਾ ਕੋਈ ਮਾੜੇ ਲਫ਼ਜ਼ ਨਹੀਂ ਹੈ ਕੋਈ ਟਹੰਦੀ ਕਲਾ ਨਹੀਂ ਹੈ ਕੋਈ ਅਪਸ਼ਗਨ ਨਹੀਂ ਹੈ ਦਾਦੀ ਕਹਿੰਦੀ ਪੁੱਤਰੋ ਗੁਰੂ ਅਰਜੁਨ ਸਾਹਿਬ ਜੀ ਨੂੰ ਮਰਨਾ ਚਾਇਆ ਸੀ ਪਰ ਕਿੱਥੇ ਮਰੇ ਨੇ ਅੱਜ ਵੀ ਜਿਉਂਦੇ ਨੇ ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਾਮੰਤੇ ਟਾਰੀ ਰੇ ਉਹ ਅੱਜ ਵੀ ਜਿਉਂਦੇ ਨੇ ਗੁਰਗੰਮ ਕਹਿੰਦੇ ਗੁਰੂ ਨੂੰ ਚੇਤੇ ਕਰੋ ਇੱਕ ਖਿੰਨ ਚੇਤੇ ਕਰੋਗੇ ਤੇ ਹਿਰਦੇ ਚ ਵਸ ਜਾਏਗੇ। ہماری ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖ ਨਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੱਦੀ ਕੀ ਕਰਤਾਰੀ ਰੇ। ਖਿੰਨ ਰਮ ਗੁਰਗਮ ਹਰਦਮ ਨਹਿਜਮ ਹਰ ਕੰਠ ਨਾਨਕ ਔਰ ਹਾਰੀ ਰੇ। ਕਹਿੰਦੇ ਗੁਰੂ ਅਰਜੁਨ ਸਾਹਿਬ ਜੀ ਨੇ ਆਪਣੀ ਕੰਠ ਨਾਲ ਬਾਣੀ ਨੂੰ ਲਾ ਕੇ ਰੱਖਿਆ ਜਿਹੜਾ ਇਸ ਬਾਣੀ ਨੂੰ ਲਾ ਕੇ ਰੱਖੇਗਾ ਉਹਦੇ ਕੰਠ ਨਾਲ ਗੁਰੂ ਅਰਜੁਨ ਸਾਹਿਬ ਜੀ ਨੇ। ਉਹਨੂੰ ਗੁਰੂ ਅਰਜੁਨ ਸਾਹਿਬ ਜੱਫੀ ਪਾਉਣਗੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਬਾਣੀ ਸਾਡੇ ਸਿਰ ਦੇ ਉੱਤੇ ਉਸ ਖਸਮ ਦਾ ਹੱਥ ਹੈ ਤੇ ਜਿਹੜਾ ਗੁਰੂ ਰਾਮਦਾਸ ਜੀ ਨੂੰ ਧੰਨ ਕਹੇਗਾ ਇਹ ਸਮਝੋ ਤੁਹਾਡੇ ਹੱਥੇ ਗੁਰੂ ਰਾਮਦਾਸ ਜੀ ਦਾ ਹੱਥ ਹੈ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਬਸ ਇਹ ਗੱਲ ਸਹਿਬਜ਼ਾਦਿਆਂ ਦੇ ਮਨ ਦੇ ਵਿੱਚ ਪੱਕੀ ਹੋ ਗਈ ਜੇ ਚਮਕੌਰ ਦੀ ਗੜੀ ਵਿੱਚ ਜਾਣਾ ਹੈ ਤੇ ਸਿਰ ਦੇ ਉੱਤੇ ਗੁਰੂ ਦਾ ਹੱਥ ਹੈ ਤੇ ਜਦ ਚਮਕੌਰ ਦੀ ਗੜੀ ਤੋਂ ਵਾਪਸ ਜਾਣਾ ਹੈ ਤੇ ਗੁਰੂ ਨੂੰ ਕੀ ਮੂੰਹ ਦਿਖਾਣਾ ਹੈ ਦਾਦੀ ਨੂੰ ਕੀ ਮੂੰਹ ਦਿਖਾਣਾ ਹੈ ਉਹ ਜਾ ਕਾਰਾ ਨਹੀਂ ਕਰਕੇ ਆਉਣਾ ਉਹ ਜਾ ਕਾਰਾ ਕਰਕੇ ਆਣਾ ਜੇ ਵਜ਼ੀਰ ਖਾਨ ਨੂੰ ਪਿੱਠ ਦਿਖਾਣੀ ਹੈ ਤੇ ਗੁਰੂ ਪਾਤਸ਼ਾਹ ਉਸ ਪਿੱਠ ਤੇ ਥਾਪੜਾ ਦੇੜੇ ਹੁਣ ਵਾਪਿਸਰ ਖੂਬ ਦੜੀ ਇਸੇ ਲੜਿਓ ਹੋਣਾ ਹੋ ਗੋਬਿੰਦ ਕੇ ਫਰਜ਼ੰਦ ਬੜਿਓ ਆ ਯਾਦ ਰੱਖੋ ਇਹ ਦੋ ਸ਼ਬਦ ਗੁਰੂ ਘਰ ਆਉਣ ਲੱਗਿਆਂ ਭਾਵਨਾ ਰੱਖੋ ਮਨ ਤੇ ਗੁਰੂ ਦਾ ਸਿਰ ਤੇ ਹੱਥ ਹੈ ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਆ ਮੱਥਾ ਟੇਕਣਾ ਆਓ ਇਹ ਭਾਵਨਾ ਰੱਖੋ ਇਹ ਭਾਵਨਾ ਸੀ ਸਹਿਬਜ਼ਾਦਿਆਂ ਦੀ ਗੜੀ ਵਿੱਚ ਖੜਿਆਂ ਜੇ ਕਚੈਰੀ ਵਿੱਚ ਖੜਿਆਂ ਜਿੱਥੇ ਵੀ ਆ ਸਿਰ ਦੇ ਉੱਤੇ ਗੁਰੂ ਦਾ ਹੱਥ ਹੈ ਗੁਰੂ ਨੇ ਕਿਰਪਾ ਹਾਂ ਜੇ ਇੱਥੋਂ ਚਲੇ ਆ ਹਉ ਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਜ ਕੱਠੀਆਂ ਦੇ ਬੈਠੇ ਵੇਖੇ ਆਪ ਜੀਓ ਉੱਥੇ ਜ਼ਿਕਰ ਕੀਤਾ ਵਾਕ ਵਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਇਹ ਗੁਰੂ ਦਾ ਥਾਪੜ ਹੈ ਇਸ ਸ਼ਹਿਜ਼ਾਦੇ ਨੂੰ ਪਤਾ ਸੀ ਕਿ ਵਜ਼ੀਰ ਖਾਂ ਦੇ ਉੱਤੇ ਵਜ਼ੀਰ ਖਾਂ ਦੇ ਦਰਬਾਰ ਵਿੱਚ ਉਹਦੀ ਕਚੈਰੀ 'ਚ ਇਹ ਨਹੀਂ ਕਬੂਲ ਕਰਨੀ ਜਿੰਨੀ ਵਾਰ ਵੀ ਕਚੈਰੀ ਤੋਂ ਬਾਹਰ ਨਿਕਲਾਂਗੇ ਗੁਰੂ ਦਾ ਥਾਪੜਾ ਹੀ ਲਾਵਾਂਗੇ ਆ ਹੈ ਭਾਵਨਾ ਅੰਦਰ ਤੇ ਲਾਲਚ ਵੀ ਦਿੱਤੇ ਦੂਣਾ ਸਿੰਘ ਦੂਰੀਆ ਕਹਿੰਦਾ 12 ਪੋ ਨੂੰ ਹਰ ਤਰ੍ਹਾਂ ਦਾ ਸਿੱਤਮ ਜ਼ੁਲਮ ਟਾਇਆ ਗਿਆ ਕਦੀ ਗੁਲੇਲਾ ਮਾਰੀਆਂ ਕਦੀ ਹੱਥ ਦੇ ਪੋਟਿਆਂ ਦੇ ਵਿੱਚ ਇਥੇ ਮੁੰਬਤੀਆਂ ਦੇ ਨਾਲ ਸਾੜੇ ਕਦੀ ਕਿਸੇ ਕਈ ਤਰ੍ਹਾਂ ਦੇ ਤਸੀਹੇ ਭੁੱਖੀ ਸਭ ਤੋਂ ਵੱਡਾ ਤਸੀਹੇ ਔਰ ਇਸ ਤੋਂ ਵੱਡਾ ਤਸੀਹੇ ਆ ਕੇ ਹਰ ਤਰ੍ਹਾਂ ਦਾ ਜ਼ੁਲਮ ਔ ਸਤਮ ਕੀਤਾ ਤੇ ਦਾਦੀ ਪੁੱਛਦੀ ਹੈ ਪੁੱਤਰ ਅੱਜ ਕੀ ਕੀਤਾ ਤੇ ਪੁੱਤਰ ਕਹਿੰਦੇ ਦਾਦੀ ਕੋਈ ਐਸਾ ਜ਼ੁਲਮ ਨਹੀਂ ਛੱਡਿਆ ਜਿਹੜਾ ਤੇਰੇ ਪੋਤਿਆਂ ਨਾਲ ਨਹੀਂ ਕੀਤਾ ਉਹਨਾਂ ਨੇ ਕੋਈ ਐਸਾ ਕੁਫਰ ਨਹੀਂ ਛੱਡਿਆ ਉਹਨਾਂ ਜ਼ਾਲਿਮਾਂ ਨੇ ਕੀ ਵਿਰਾਗ ਨਹੀਂ ਆਇਆ ਹੋਏਗਾ ਦਾਦੀ ਨੂੰ ਆਇਆ ਸੀ ਕਹਿੰਦਾ ਅੱਲਾ ਯਾਰ ਕਾ ਇਤਿਹਾਸ ਕਹਿੰਦੇ ਬੇਇਕਤਿਆਰ ਰੋਦੀਆ ਉਸ ਵਾਲਾ ਸ਼ਾਨ ਨੇ ਵਿਰਾਗ ਮੇ ਭਰ ਗਈ ਅੰਦਰੋਂ ਵਿਰਾਗ ਚ ਤੇ ਵਿਰਾਗ ਦਾ ਸਿਖਰ ਐਸਾ ਹੁੰਦਾ ਹੈ ਕਿ ਵਿਰਾਗ ਕਰ ਕਰਕੇ ਹੰਝੂ ਸੁੱਕ ਜਾਂਦੇ ਨੇ ਨਾ ਫਿਰ ਉਸ ਵੇਲੇ ਅੰਦਰੋਂ ਜਿਹੜੀ ਚੀਜ਼ ਨਿਕਲਦੀ ਹੈ ਜਸਵੰਤ ਸਿੰਘ ਨੇ ਕੀ ਕਹਿੰਦੇ ਆ ਉਹ ਕੀਤੀਆਂ ਹੋਈਆਂ ਲੱਖਾਂ ਅਰਦਾਸ ਤੋਂ ਵੀ ਜ਼ਿਆਦਾ ਤਾਕਤਵਰ ਹੁੰਦੀ ਹੈ ਸੱਤ ਅਸਮਾਨਾਂ ਨੂੰ ਚੀਰਦੇ ਹੋਏ ਉਹ ਰੱਬ ਦੀ ਦਰਗਾਹ ਤੱਕ ਗੂੰਜਦੀ ਹੈ ਉਹ ਚੀਜ਼ ਨਿਕਲੀ ਉਹ ਆਵਾਜ਼ ਨਿਕਲੀ ਮਾਤਾ ਜੀ ਦੇ ਹਿਰਦੇ ਵਿੱਚੋਂ ਜੋ ਸਭ ਕੁਝ ਵਾਰ ਕੇ ਬੈਠੀ ਹੈ ਕਹਿੰਦੇ ਬਸ ਪੁੱਤਰ ਕਬਰਾਉਣਾ ਨਹੀਂ ਹੁਣ ਸਿਖਰ ਹੈ ਬਸ ਹੁਣ ਮੰਜ਼ਿਲ ਬਹੁਤ ਨਜ਼ਦੀਕ ਹੈ ਚੜ ਗਏ ਸਾਰੀ ਪੌੜੀਆਂ ਸਾਰੇ ਇਮਤਿਹਾਨ ਸਰ ਕਰ ਗਏ ਬਸ ਹੁਣ ਇੱਕ ਇਮਤਿਹਾਨ ਰਹਿੰਦਾ ਹੈ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ ਹੁਣ ਗੁਰੂ ਨਾਨਕ ਸਾਹਿਬ ਦਾ ਬਚਨ ਯਾਦ ਰੱਖੋ ਅਗਾਹਾਂ ਕੋ ਤਰਾੰਗ ਪਿੱਛਾ ਫੇਰ ਨਾ ਮੋਹੜੜਾ ਨਾਨਕ ਸਿੰਘ ਏਵੇਂ ਹاوار ਬਹੜ ਨਾ ਹੋਈ ਜਨਮੜਾ ਕਹਿੰਦੇ ਜੇ ਇਸ ਮਾਰਗ ਤੇ ਤੁਰੋਗੇ ਕਹਿੰਦੇ ਫਿਰ ਜਨਮ ਮਰਨ ਦੇ ਗੇੜ ਤੋਂ ਬਾਹਰ ਹੋ ਜਾਓ ਫਿਰ ਜਨਮ ਨਹੀਂ ਹੈ ਫਿਰ ਫਿਰ ਜਿੱਤ ਹੈ ਫਿਰ ਕਹੋ ਕਬੀਰ ਜਨ ਪਹੇ ਖਾਲਸੇ ਫਿਰ ਖਾਲਸ ਬਣ ਜਾਓਗੇ ਤੇ ਸਹਿਬਜ਼ਾਦਿਆਂ ਨੂੰ ਜਿਸ ਦਿਨ ਅੱਜ ਸਵੇਰੇ ਕਚੈਰੀ 'ਚ ਸਦਿਆ ਗਿਆ ਸੁਚਾਨੰਦ ਕਹਿੰਦਾ ਇਹ ਕਾਦਾ ਇਨਸਾਫ ਹੈ ਕਿ नाग ਨੂੰ ਮਾਰ ਦੋ ਤੇ नाग ਦੇ ਬੱਚਿਆਂ ਨੂੰ ਛੱਡ ਦੋ ਇਸ ਸਪੋਲੇ ਨੇ ਇਹਨਾਂ ਨੂੰ ਛੱਡਣਾ ਨਹੀਂ ਇਸ ਗੱਲ ਦਾ ਗਿਲਾ ਕੀਤਾ ਸੀ ਸਹਿਬਜ਼ਾਦਿਆਂ ਨੇ ਮਾਤਾ ਕੋਲ ਇਸ ਗੱਲ ਦਾ ਗਿਲਾ ਕੀਤਾ ਸੀ ਅੱਜ ਸਵੇਰੇ ਆ ਕੇ ਮਾਤਾ ਜੀ ਕੋਲ ਕਹਿੰਦੇ ਭਾਵੇਂ ਸ਼ਹੀਦ ਕਰ ਦੇਣ ਕਹਿੰਦੇ ਭਾਵੇਂ ਕੰਨਾਂ ਵਿੱਚ ਚਿੰਨ ਦੇਣ ਭਾਵੇਂ ਇਹ ਫਤਵਾ ਲਾਇਆ ਕੰਨਾਂ ਵਿੱਚ ਚਿੰਨਣ ਦਾ ਪਰ ਮਾਤਾ ਜੀ ਇੱਕ ਗੱਲ ਬਰਦਾਸ਼ਤ ਨਹੀਂ ਹੋਈ ਸਾਨੂੰ ਸਪੋਲੀਏ ਆਖੇ ਇਹ ਗੱਲ ਬਰਦਾਸ਼ਤ ਨਹੀਂ ਹੋਈ ਸਹਬਜ਼ਾਦੇ ਮਾਤਾ ਜੀ ਨੇ ਕਿਹਾ ਕੋਈ ਨਹੀਂ ਇਹਨਾਂ ਗੱਲਾਂ ਤੇ ਨਹੀਂ ਕਿਉਂਕਿ ਡਗਮਗ ਛਾੜ ਰੇ ਮਨ ਆ ਹੁਣ ਛੱਡ ਦੋ ਗੱਲਾਂ ਅਬ ਤੋ ਜਰੈ ਮਰੇ ਸਿੱਧ ਪਾਈਐ ਲੀਨੋ ਹਾਥ ਸੰਡੋਰਾ ਹੁਣ ਸੂਰਮਿਓ ਤੁਸੀਂ ਹੁਣ ਸੂਰਮੇ ਦਾ ਇਹ ਕੰਮ ਨਹੀਂ ਅਗਲਾ ਕੀ ਕਹਿ ਰਿਆ ਤੁਰੇ ਰੋ ਆਪਣੇ ਮੰਜ਼ਿਲ ਵੱਲ ਤਕਰੀਬਨ 10:30 ਵਜੇ ਜਲਾਦ ਆਇਆ ਅਜ ਸਵੇਰੇ ਕਹਿੰਦੇ ਮਾਂ ਆਪਣੇ ਪੁੱਤਰਾਂ ਨੂੰ ਭੇਜ ਬਸ ਇਹ ਆਖਰੀ ਫਤਿਹ ਸੀ ਜਿਹੜੀ ਤੁਸੀਂ ਕਵਿਤਾ ਸੁਣੀ ਥੱਲਾ ਯਾਰਖਾ ਜੋਗੀ ਲਿਖਦਾ ਮਾਂ ਕਹਿੰਦੀ ਮੈਂ ਕੀ ਕਰਾਂ ਮੈਂ ਕਿਵੇਂ ਤਿਆਰ ਕਰਾਂ ਤੁਹਾਨੂੰ ਮੈਂ ਕਿਹੜਾ ਚਾਉ ਲਾਵਾਂ ਤੁਹਾਡੇ ਉੱਤੇ ਕਿਵੇਂ ਬਲਹਾਰ ਜਾਵਾਂ ਮੈਂ ਕਿਵੇਂ ਵਾਰਨੇ ਕਰਾਂ ਤੁਹਾਡੇ ਤੇ ਤੇ ਉੱਥੇ ਜਿਹੜੀ ਨਜ਼ਮ ਹੈ ਬੱਚਿਓ ਆਓ ਜਾਣੇ ਸੇ ਪਹਿਲੇ ਮੂੰਹ ধੁਲਾ ਤੋ ਲੂੰ ਕੇਸੋਂ ਮੇ ਕੰਗੀ ਕਰੂੰ ਦਸਤਾਰ ਸਜਾ ਤੋ ਲੂੰ ਨੰਨੀ ਸੀ ਦਸਤਾਰੋਂ ਪੇ ਕਲਗੀ ਸਜਾ ਤੋ ਲੂੰ ਜਾਣੇ ਸੇ ਪਹਿਲੇ ਤੁਮੇ ਦੁਹਲਾ ਬਣਾ ਤੋ ਲੂੰ ਅੱਛੇ ਜ਼ਿਕਰ ਕੀਤਾ ਹੈ ਮਾਤਾ ਜੀਤਾ ਜੀਤੋ ਜੀ ਦੇ ਪੁੱਤਰ ਸਾਹ ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ ਤਕ ਲੈ ਕਿਵੇਂ ਸੋਹਣੇ ਲੱਗਦੇ ਚੰਨ ਚੜਦੇ ਖਾਰੇ ਟੁੱਟਣਗੇ ਅੱਜ ਅਸਮਾਨੋਂ ਦੋ ਨਿਆਰੇ ਤਾਰੇ ਮੁੜਕੇ ਨਹੀਂ ਆਣਾ ਇਹਨਾਂ ਨੇ ਜੀਤੋ ਰਾਣੀਆਂ ਲੈ ਮਿੰਟ ਉਧਾਰੇ ਮਿਲ ਲੈ ਇਹਨਾਂ ਲਾੜਿਆਂ ਤੋਂ ਅੱਜ ਦੇਖੋ ਭਾਵਨਾ ਦੇ ਵਿੱਚ ਤੁਹਾਡੇ ਇੱਕ ਇੱਕ ਹੰਝੂ ਤੇ ਸਹਿਬਜ਼ਾਦਿਆਂ ਦੇ ਚਰਣਾ ਤੇ ਬਲਹਾਰ ਕੁਰਬਾਨ ਤੁਹਾਡਾ ਇੱਕ ਇੱਕ ਹੰਝੂ ਅੱਜ ਸਹਿਬਜ਼ਾਦੇ ਪਰ ਇਹ ਭਾਵਨਾ ਸਦਾ ਬਣੀ ਸਾਡੇ ਅੰਦਰ ਥੱਲੇ ਨੇ ਇੱਕ ਦਿਨ ਆਇਆ ਤੇ ਫਿਰ ਦੇਖਾਂਗੇ ਸਾਲ ਬਾਦ ਨਹੀਂ ਉਹ ਸੰਜੀਦਗੀ ਉਹ ਭਾਵਨਾ ਤੇ ਲਾਲਾ ਨੂੰ ਤਿਆਰ ਕਰਕੇ ਤੋਰਿਆ ਤੇ ਸੋਹਣ ਸਿੰਘ ਸੀਤਾ ਲਿਖਦੇ ਨੇ ਕਹਿੰਦੇ ਲਾਲ ਮੁੜ ਕੇ ਵਾਪਸ ਆਇਆ ਮਾਂ ਕੋਲ ਤੁਰ ਪਏ ਦੋਹੇ लाडले ਜਦ ਫਤੇ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਣੀ ਹੱਥ ਲਾ ਕੇ ਬੂਹੇ ਵਿੱਚੋਂ ਤੱਕਿਆ ਮੁੜ ਪਰਤਾ ਕੇ ਅਮੀਏ ਅਮੀਏ ਆਖਰੀ ਵਾਰੀ ਜਫੀਤ ਪਾਲੈ ਵਾਰ ਆਖਰੀ ਮਾਦੇ ਚਰਣੀ ਹੱਥ ਲਾ ਕੇ ਬੂਏ ਵਿੱਚੋਂ ਤੱਕਿਆ ਮੁੜ ਕੇ ਪਰਤਾ ਕੇ ਤੇ ਫਤਿਹ ਸਿੰਘ ਕਹਿੰਦਾ ਮਾਤਾ ਉਡੀਕਾਂਗੇ ਅਸੀਂ ਤੇਨੂੰ ਸੱਚਖੰਡ ਵਿੱਚ ਜਾ ਕੇ ਫਿਰ ਨਾ ਆਉਣਾ ਤੁਸਾਂ ਨੇ ਫਿਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਰੁਸਣਾ ਜਾਏ ਫਤੇ ਸਿੰਘ ਰੁਸਣਾ ਜਾਏ ਅਮੀ ਤੇਰਾ ਛੋਟਾ ਬੱਚਾ ਰੁਸਣਾ ਜਾਏ ਫਤੇ ਸਿੰਘ ਫਿਰ ਜੀ ਪਰਚਾਉਣਾ ਦੇਖ ਲੈ ਅਮੀਏ ਤੂੰ ਸੱਚਖੰਡ ਵਿੱਚ ਛੇਤੀ ਆਉਣਾ ਤੇ ਫਿਰ ਮਾ ਦਾ ਬਚਨ ਸੀ ਚੱਲੋ ਮੇਰੇ ਲਾਲਿਓ ਮੈਂ ਮਗਰੇ ਆਵਾ ਪੁੱਤਾਂ ਬਾਜੋਂ ਜੀਉਂਦੀਆਂ ਕਦ ਸੁਣੀਆਂ ਮਾਵਾਂ ਤੋਰ ਘਰਾਂ ਦੀ ਰੌਣਕਾਂ ਮੈਂ ਸੱਚਖੰਡ ਵਸਾਵਾਂ ਤੁਰ ਪਉ ਮੇਰੇ लाडले ਮੈਂ ਮਗਰੇ ਆਵਾਂ ਸੱਚਖੰਡ ਦੀ ਸ਼ੋਭਾ ਬਣਾਉਣ ਲੱਗੀ ਐ ਮਾਂ ਕਹਿੰਦੇ ਪਤੀ ਵੀ ਹਾਰਤਾ ਮੈਂ ਦੋ ਵੱਡੇ ਵੀ ਨਹੀਂ ਰਹੇ ਕਹਿੰਦੇ ਤਰੋ ਮੈਂ ਮਗਰੇ ਆ ਰਹੀਆਂ ਲੈ ਗਿਆ ਜੱਲਾਦ ਲੈ ਗਿਆ ਜ਼ਾਲਮ ਜ਼ਾਲਮ ਦਾ ਕੋਈ ਹਿਰਦਾ ਨਹੀਂ ਹੁੰਦਾ ਜ਼ਾਲਮ ਦੇ ਭਾਵਨਾ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ ਜ਼ਾਲਮ ਦੇ ਅੰਦਰ ਦੀ ਬਿਰਤੀ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਉਹ ਉਹ ਕਰਦਾ ਜਿੱਥੇ ਦੁਨੀਆਂ ਦੇ ਸਾਰੇ ਜ਼ੁਲਮੋ ਸਿਤਮ ਖਤਮ ਹੋ ਜਾਂਦੇ ਆ ਉੱਥੋਂ ਉਹਦੀ ਸੋਚ ਸ਼ੁਰੂ ਹੁੰਦੀ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਲਾਂ ਨੂੰ ਇੱਕ ਵਾਰੀ ਫੇਰ ਪੁੱਛਿਆ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਬੜੇ ਡਰਾਉਣੇ ਸ਼ਕਲ ਦੇ ਵਿੱਚ ਵੱਡੇ ਪੂਰੇ ਕਹਿੰਦੇ ਦੇਖ ਕੇ ਡਰਨੇ ਲੱਗਦਾ ਕਹਿੰਦੇ ਕਾਹਦਾ ਡਰ ਕਹਿੰਦੇ ਅੱਜ ਵੀ ਮੌਕਾ ਹੈ ਇਹਨਾਂ ਕਬੂਲ ਲੋ ਕਹਿੰਦੇ ਨਹੀਂ ਹੁਣ ਨਹੀਂ ਹੁਣ ਵਜ਼ੀਰ ਖਾਂ ਬਿਲਕੁਲ ਵੀ ਨਹੀਂ ਸਪੋਲੀਏ ਆਖਿਆ ਸਾਨੂੰ ਹੁਣ ਨਹੀਂ ਪਰ ਭਾਵਨਾ ਕਰੋਧ ਦੀ ਬਦਲੇ ਦੀ ਨਹੀਂ ਈਸੀ ਗੱਲ ਨੂੰ ਦੇਖੋ ਗੁਰਗੋਬਿੰਦ ਸਿੰਘ ਸਾਹਿਬ ਕਿਵੇਂ ਚੜਦੀ ਕਲਾ 'ਚ ਲੈਣਗੇ ਸ਼ੁਰੂ ਕੀਤੀ ਗੰਧ ਬਣਾਉਣੀ ਖੜੇ ਕੀਤਾ ਦੋਨਾਂ ਨੂੰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸਮਾਣੇ ਦੇ ਜਲਾਦ ਆਏ ਨੇ ਦੋਨਾਂ ਨੇ ਸ਼ੁਰੂ ਕੀਤੀ ਇਟਾਂ ਚਣਨੀਆਂ ਸ਼ੁਰੂ ਕੀਤੀਆਂ ਤੇਸੀ ਦੀ ਛੱਟ ਬਿਮਾਰੀ ਲਉ ਲੁਹਾਨ ਵੀ ਹੋਏ ਕੰਦ ਜਦ ਡਿੱਗੀ ਐ ਦੋਨੋਂ ਬੇਹੋਸ਼ ਪਏ ਵਜ਼ੀਰ ਖਾਨੇ ਗੁੱਸਾ ਕੀਤਾ ਇੱਕ ਹੀ ਕੀਤਾ ਤੁਸੀਂ ਤੁਹਾਡੇ ਤੋਂ ਕੰਦ ਨਹੀਂ ਚਣੀ ਗਈ ਫਿਰ ਹੁਕਮ ਕੀਤਾ ਕਿ ਦੋਨਾਂ ਨੂੰ ਕੋ ਕੇ ਮਾਰਿਆ ਜਾਏ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਦੋਨੋਂ ਸਹਿਬਜ਼ਾਦੀਆਂ ਦੀ ਸੀਨੇ ਉੱਤੇ ਗੋਡੇ ਰਖੇ ਤੇ बेहोश ਸਹਿਬਜ਼ਾਦਿਆਂ ਨੂੰ ਖੰਜਰ ਦੇ ਨਾਲ ਉਹਨਾਂ ਦੀ ਸਾਹ ਦੀ ਨਾੜੀ ਕੱਟ ਕੇ ਉਹਨਾਂ ਨੂੰ ਕੋ ਦਿੱਤਾ। ਵੱਡੇ ਸਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਉਸੀ ਵੇਲੇ ਸ਼ਹੀਦ ਹੋ ਗਏ। ਇਤਿਹਾਸ ਲਿਖਦਾ ਛੋਟੇ ਸਹਿਬਜ਼ਾਦੇ 12 ਮਿੰਟ ਤੱਕ ਲੱਤਾਂ ਮਾਰਦੇ ਰਹੇ। ਬਾਬਾ ਫਤਿਹ ਸਿੰਘ ਆਦੀ ਘੜੀ ਪੈਰ ਮਾਰਤੇ ਰਹੇ। 24 ਮਿੰਟ ਦੀ ਘੜੀ ਹੁੰਦੀ ਹੈ ਆਦੀ ਘੜੀ 12 ਮਿੰਟ 12.5 ਮਿੰਟ 13 ਮਿੰਟ। ਇਹਦਾ ਮਤਲਬ 12 ਮਿੰਟ ਤੱਕ ਸਵਾਸ ਨਹੀਂ ਨਿਕਲੇ ਛੋਟੇ ਸਹਿਬਜ਼ਾਦਿਆਂ ਦੇ। ਛੋਟੇ ਸਹਿਬਜ਼ਾਦੇ ਫਤਿਹ ਸਿੰਘ ਜੀ ਸ਼ਹੀਦ ਹੋਏ ਉਥੋਂ ਮਾਤਾ ਜੀ ਦਾ ਇਤਿਹਾਸ ਚੱਲਦਾ ਹੈ ਧਰਮ ਗਿਆਨੀ ਸਨ ਇਹਨੂੰ ਕੌਣ ਬਿਆਨ ਕਰ ਸਕਦਾ ਬਦਨਾਮ ਕੀਤਾ ਸੀ ਮਾਤਾ ਜੀ ਨੂੰ ਕੋਈ ਕਹਿੰਦਾ ਛਾਲ ਮਾਰਦੀ ਕੋਈ ਕਹਿੰਦਾ ਇਹ ਖਿਆਲ ਨਹੀਂ ਪਾਇ ਇਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਗੁਰੂ ਅਰਜੁਨ ਸਾਹਿਬ ਜੀ ਦਾ ਇੱਕੋ ਬਚਨ ਚੇਤੇ ਕਰ ਲੋ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਈ ਨਾਨਕ ਇਹ ਲੱਛਣ ਅਸ਼ਪਦੀ ਵਿੱਚੋਂ ਇੱਕ ਤੋਖੀ ਪੜ ਲਓ ਬ੍ਰਹਮ ਗਿਆਨੀ ਕੀ ਗਤ ਫਿਰ ਕਿਵੇਂ ਬਿਆਨ ਕਰ ਸਕਦੇ ਹਾਂ ਅਸੀਂ ਅਸੀਂ ਅਰਧ ਗਿਆਨੀ ਅਸੀਂ ਝੂਠੇ ਗਿਆਨੀ ਬ੍ਰਹਮ ਗਿਆਨੀ ਨੂੰ ਕਿਵੇਂ ਬਿਆਨ ਕਰਾਂਗੇ ਉਹਨਾਂ ਦੀ ਅਵਸਥਾ ਮਹਾਰਾਜ ਜੀ ਦੀ ਮਾਤਾ ਜੀ ਨੇ ਅਰਦਾਸ ਸੋਧ ਕੇ ਸਹਿਜ ਰੂਪੀ ਆਪਣੇ ਸਵਾਸ ਤੇ ਆਗੇ ਨੇ ਬਿਲਕੁਲ ਨਾਲ ਹੀ ਜਦ ਸੁਣਿਆ ਕਿ ਸ਼ਹੀਦੀ ਪਾ ਗਏ ਨੇ ਤੇ ਇਹ ਖਬਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ 13 ਪੋ ਤੋਂ ਬਾਅਦ 14 ਤੇ 15 ਪੋ ਦੇ ਵਿੱਚਕਾਰ ਮਿਲਦੀ ਹੈ ਇੱਕ ਡੇਢ ਦਿਨ ਬਾਅਦ ਸਤਿਗੁਰ ਜੀ ਰਾਏ ਕੱਲੇ ਦੇ ਠੜੇ ਤੇ ਉਹਦੇ ਘਰ ਤੱਕ ਪਹੁੰਚਦੇ ਨੇ ਰਾਏ ਕੱਲੇ ਦਾ ਨੌਕਰ ਹੈ ਨੂਰੇ ਮਾਹੀ ਉਹਨੂੰ ਸਤਿਗੁਰ ਜੀ ਦੇ ਸਹਿਬਜ਼ਾਦਿਆਂ ਦੀ ਖਬਰ ਲਈ ਭੇਜਿਆ ਜਾਂਦਾ ਉਹ ਅਸਲ ਦੇ ਵਿੱਚ ਸਤਿਗੁਰ ਜੀ ਰਾਏ ਕੱਲੇ ਦੇ ਕੋਲ 12 ਤਕਰੀਬਨ 12 ਪੋ ਨੂੰ ਪਹੁੰਚ ਜਾਂਦੇ ਆ 12 ਪੋ ਦਾ ਉਹ ਨਿਕਲਿਆ ਹੋਇਆ ਤੇ ਰਾਏ ਕੱਲੇ ਨੇ ਰਾਏ ਕੱਲੇ ਦੇ ਨੌਕਰ ਨੇ ਨੂਰੇ ਮਾਹੀ ਨੇ ਆਪਣੀ ਅੱਖੋਂ ਸਾਰਾ ਕੁਝ ਦੇਖਿਆ ਜੋ ਵਰਤਿਆ। ਔਰ ਉਹ ਜਦ ਉਹ ਡਰਦਾ ਆਉਣ ਲੱਗਿਆਂ। ਆਲਮਗੀਰ ਦੀ ਧਰਤੀ ਟੱਪਦਿਆਂ ਉਹਦੇ ਪੈਰ ਕੰਬਦੇ ਮੈਂ ਖੀ ਅਖਰਾਂ ਦੇ ਵਿੱਚ ਜਾ ਕੇ ਦੱਸੂੰਗਾ ਸੱਚੇ ਬਾਦਸ਼ਾਹ ਕੀ ਮੈਂ ਦੇਖਿਆ ਮੈਂ ਕੀ ਆਖਾਂਗਾ। ਮਹਾਰਾਜ ਜੀ ਨੂੰ ਭਾਈ ਭਾਈ ਦਿਆ ਸਿੰਘ ਕਹਿੰਦੇ ਆ ਭਾਈ ਦਿਆ ਸਿੰਘ ਨੂੰ ਕਿਹਾ ਮਹਾਰਜ ਨੇ ਭਾਈ ਦਿਆ ਸਿੰਘ ਜੰਡ ਤੇ ਚੜੋ। ਦੇਖੋ ਕਿਥੋਂ ਦਿਸਦਾ ਨੂਰੇ ਮਾਈ ਆਉਂਦਾ ਹੋਇਆ ਹਾਜੀ ਨੇ ਦਿਨ ਹੋ ਗਏ ਕਿਥੇ ਰਹਿ ਗਿਆ ਦੂਰੋਂ ਦੇਖਿਆ ਮਾਇੂਸ ਝੁਕਦਾ ਹੋਇਆ ਮੂੰਹ ਝੁਕਿਆ ਆਉਂਦੇ ਸਤਗੁਰ ਜੀ ਦੇ ਚਰਨਾਂ 'ਚ ਪੁੱਭਾ ਮਾਰ ਕੇ ਰੋਇਆ ਹੰਝੂਆਂ ਨਾਲ ਸਤਗੁਰ ਜੀ ਦੇ ਚਰਨ ਧੋਤੇ ਮਹਾਰਾਜ ਜੀ ਨੇ ਕਿਹਾ ਦਾਸ ਤਾਂ ਸਹੀ ਹੁਣ ਉਹਦੇ ਸੰਗ ਵਿੱਚੋਂ ਕਿਹੜੀ ਆਵਾਜ਼ ਨਿਕਲੇ ਕਿਹੜਾ ਅਖਰ ਨਿਕਲੇ ਕਹਿੰਦਾ ਸੱਚੇ ਪਾਤਸ਼ਾਹ ਦੋਹਾਂ ਨੂੰ ਕੋ ਕੇ ਮਾਰ ਦਿੱਤਾ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਦੋਨੋਂ ਸਹਬਜ਼ਾਦਿਆਂ ਨੂੰ ਮਹਾਰਾਜ ਜੀ ਨੇ ਫਿਰ ਉੱਥੇ ਜਿਹੜੀ ਨਜ਼ਮ ਹੈ ਢਾਡੀ ਸੂਨ ਸਿੰਘ ਸੀਤਲ ਹੋਈ ਬੜੇ ਕਮਾਲ ਦੀ ਗੰਦੇ ਸੀ ਕਿ ਸਰਹੰਤ ਸੁਨੇਹਾਂ ਮਿਲਿਆ ਦੋਹੇ ਲਾਲ ਤੁਰ ਗਏ ਦੋਹੇ ਸ਼ਹੀਦ ਹੋ ਗਏ ਗੋਬਿੰਦ ਦੇ ਨੋ ਨਿਹਾਲ ਤੁਰ ਗਏ ਉਸ ਜ਼ਾਲਮ ਨੇ ਦੋਹਾਂ ਨੂੰ ਕੰਦਾਂ ਵਿੱਚ ਨਪੀੜ ਦਿੱਤਾ ਉਸ ਜ਼ਾਲਮ ਨੇ ਦੋਹਾਂ ਨੂੰ ਸੀਨੇ ਤੇ बैर रख के फीड़ दिता उस माही ने गल सुनी गुरु गोबिंद साहब जी ने उस माही ने मुस्कुरा के पुछा माही दे नेड़े आके पुछया तू रूबरू सें तू देख रहा सी तू कोल सें कोई गल ना लुकाई तू झूठ ना बोली कोई कुफर ना कमाई? ਜੋ ਦੇਖਿਆ ਸੱਚ ਸੱਚ ਦੱਸ ਇੱਕ ਵੀ ਗੱਲ ਵੱਧ ਕੇ ਨਹੀਂ ਤੂੰ ਰੂਬਰੂ ਸੈਂ ਕੋਈ ਗੱਲ ਨਾ ਲੁਕਾਈ ਤੂੰ ਸੱਚ ਸੱਚ ਦੱਸੀ ਕੋਈ ਕੁਫਰ ਨਾ ਕਮਾਈ ਕੋਈ ਹਿੰਜ ਤੇ ਨਾ ਕੇਰੀ ਕੋਈ ਆਹ ਤੇ ਨਾ ਕੱਢੀ ਮੇਰੇ ਲਾਲਾ ਨੇ ਉੱਚੀ ਸਾਤ ਇਹ ਨਾ ਕੱਢੀ ਸੋਮੇਹਾ ਸੋਮੇਹਾ ਇਹ ਹੈ ਮਰਜੀ ਵੜਿਆਂ ਦੀ ਗਾਥਾ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਿਰਦਾ ਕੋਈ ਕ੍ਰਾਂਤੀਕਾਰੀ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਸਰਬੰਸ ਦਾਣੀ ਕਹਿ ਰਿਹਾ ਹੱਦ ਹੋ ਗਈ ਸਾਡੇ ਲੋਕਾਂ ਦੀ ਐਡੇ ਬੇਸ਼ੁਕਰੇ ਹੋ ਗਿਆਂ ਸੀ ਇਸ ਧਰਤੀ ਦੇ ਲੋਕ ਤਿੰਨੇ ਨਾ ਸ਼ੁਕਰੇ ਹੋ ਗਿਆਂ ਕੋਈ ਹਿੰਜ ਤੇ ਨਾ ਕੇਰੀ ਕੋਈ ਆਹ ਤੇ ਨਾ ਕੱਢੀ ਉੱਚੇ ਮੇਰੇ ਲਾਲਾਂ ਨੇ ਉੱਚੀ ਸਾਹ ਤੇ ਨਾ ਕੱਢੀ ਜਦ ਤੇਸੀ ਨਾਲ 6 ਵਜੇ ਸੀ ਕਰਾਰੀ ਉਥੇ ਫਤਿਹ ਸਿੰਘ ਨੇ ਉੱਚੀ ਚੀਕ ਤੇ ਨਾ ਮਾਰੀ ਆਹ ਦੱਸ ਦੇ ਨੂਰੇ ਮਾਈ ਪਤਾ ਲਗੇ ਜਿਵੇਂ ਅਜੀਤ ਤੇ ਜੁਝਾਰ ਸ਼ਹੀਦ ਹੋਏ ਨੇ ਕੀ ਹੋ ਗਿਆ ਉਹ ਰਣ ਤੱਤਾ ਨਹੀਂ ਸੀ ਪਰ ਸਹਬਜ਼ਾਦੇ ਰਣ ਦੇ ਵਿੱਚ ਸੀ ਉਹ ਵੀ ਰਣ ਤੱਤਾ ਸੀ ਜ਼ੁਲਮ ਦੀ ਅਹੰਤਾ ਔਰ ਇਹ ਜੇ ਮੈਂ ਜੁਝਾਰ ਸਿੰਘ ਨੂੰ ਕਿਹਾ ਕਿ ਜਦ ਤੀਰ ਕਲੇਜੇ ਮੇਂ ਲਗੇ ਤੋ ਅਹ ਨਹੀਂ ਕਰਨਾ ਉਫ ਮੇਰੀ ਜਾਂ ਮੂੰਹ ਸੇ ਨਹੀਂ ਕਰਨਾ ਤੇ ਪੁੱਤਰਾ ਨੇ ਕਿਥੇ ਹਿੰਜਤੇ ਨਹੀਂ ਕੇਰੀ ਨਾ ਕਿਤੇ ਜਗਦੇਸੀ ਨਾਲ 6 ਵਜੇ ਸੀ ਕਰਾਰੀ ਉਥੇ ਫਤਿਹ ਸਿੰਘ ਨੇ ਉੱਚੀ ચીਕ ਤੇ ਨਾ ਮਾਰੀ ਇਹ ਕਹਿਣ ਦਾ ਉਹਦਾ ਅੰਦਾਜ਼ ਵੱਖਰਾ ਸੀ ਕਲਗੀਆਂ ਵਾਲੇ ਨੇ ਜੋ ਵਜਾਇਆ ਉਹ ਸਾਜ਼ ਵੱਖਰਾ ਸੀ ਦਸ ਨੂਰੇ ਖੀ ਗਿਆ ਉਹਨਾਂ ਨੇ ਆਂਤਵੇਂਲੇ ਦੇ ਬਚਨ ਕੀ ਸਨ ਫਿਰ ਨੂਰਾ ਕਹਿੰਦਾ ਜਿਹਨੂੰ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ ਕਹਿੰਦੇ ਤੁਹਾਡੇ ਸਹਬਜ਼ਾਦੀਆਂ ਨੇ ਜਿਹੜੇ ਅੰਤਮ ਬਚਨ ਬੋਲੇ ਉਹ ਇਹ ਸਨ सच को झुकाओगे तो झुकोगे जहान से ये अकाल का सुत है डरता नहीं किसी शहनशाह की शान से हम कह देते हैं तुम्हें खुदा की जुबान से तुम सुन लो इसे अपने दिल के कान से हम अपनी जान दे के औरों की जान बचा चले सिक्खी की है नींव सरों पे उठा चले सिक्खी की सिक्खी की गुरियाई का किस्सा बना चले सिक्खी की सल्तनत का बूटा है लगा चले तख्त और ताज और राज अब कौम पाएगी इस धरती से जुल्म व सितम का नामो निशां तक मिटाएगी बस इसके बाद जोगी जी हुई कुछ देर थी बस्ती सरहंद की ईंटों का ढेर थी बस यही होया कुछ समय बाद बाबा बन्दा सिंह बहादुर ने चढ़ाई की आ वचन जेड़े तन गुरु गोबिंद सिंह साहब जी नु रायकल्ले दे नौकर रूरे माहिन ने दसया कि ना बादशाह ਨਾ ਐਸੇ ਕਦੀ ਜੰਮੇ ਸਨ ਤੇ ਨਾ ਕਦੀ ਜੰਮਣਗੇ ਮਹਾਰਾਜ ਕਹਿੰਦੇ ਨਹੀਂ ਸਤਗੁਰ ਜੀ ਨੇ ਤੀਰ ਲਿਆ ਕਾਹੀ ਦਾ ਬੂਟਾ ਪਟਿਆ ਕਹਿੰਦੇ ਅੱਜ ਜ਼ੁਲਮੀ ਰਾਜ ਦੀ ਜੜਾਂ ਪਟੀਆਂ ਗਈਆਂ ਅੱਜ ਵੀ ਰੈਂਦੀ ਧਰਤੀ ਤੱਕ ਜਦ ਵੀ ਜ਼ੁਲਮੋਂ ਸਤਨ ਦੀ ਇੰਤਹਾ ਆਏਗੀ ਅਜੀਤ ਸਿੰਘ ਜੁਝਾਰ ਸਿੰਘ ਜ਼ਰਾਵਰ ਸਿੰਘ ਫਤਿਹ ਸਿੰਘ ਹਰ ਘਰ ਵਿੱਚ ਜੰਮਣਗੇ ਜਿੱਥੇ ਗੁਰਗੋਬਿੰਦ ਸਿੰਘ ਜੀ ਦਾ ਚੇਤਾ ਹੋਏਗਾ ਸੱਚੇ ਪਾਤਸ਼ਾਹ ਜੀ ਦੀ ਇਹ ਬਾਬਾਣੀਆਂ ਇਹ ਕਹਾਣੀਆਂ ਕੌਣ ਕਿਵੇਂ ਬਿਆਨ ਕਰੀਏ ਜਹਿਵਾ ਏਕ ਜਪੋ ਜੀ ਜਹਿਵਾ ਏਕ ਕਮਣ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਏ ਕੀ ਅੰਤ ਬਿਆਨ ਕਰੀ ਕਿਵੇਂ ਕਹੀਏ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਈ ਬਾ ਡੁੱਬਦਾ ਪੱਥਰ ਲੀ ਜਾਏ ਤੇਰੇ ਕਮਣ ਕਮਣ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਸਾਕੋ ਤੂੰ ਠਾਕੁਰ ਇਸ ਤੋਂ ਬਾਅਦ ਸਤਗੁਰ ਜੀ ਦਾ ਅਗਲਾ ਸਫਰ ਇੱਕ ਖਿੰਨ ਵੀ ਸਤਗੁਰ ਜੀ ਨਹੀਂ ਰੁਕੇ ਫਿਰ ਰਾਈ ਕੱਲੇ ਦੇ ਘਰ ਸਤਗੁਰ ਜੀ ਨੇ ਕਿਹਾ ਕਮਰਕਸਾ ਕਸੋ ਭਾਈ ਦਿਆ ਸਿੰਘ ਧਰਮ ਸਿੰਘ ਮਾਨ ਸਿੰਘ ਅਗਲਾ ਸਫਰ ਦੀਨਾ ਕਾਂਗੜੇ ਦੀ ਧਰਤੀ ਤੇ ਹੈ ਜਿਹਦਾ ਜ਼ਿਕਰ ਔਰੰਗਜ਼ੇਬ ਨੇ ਕੀਤਾ ਸੀ ਕਿ ਤੁਸੀਂ ਦੀਨਾ ਕਾਂਗੜਾ ਆਓ ਮਹਾਰਾਜ ਜੀ ਕਹਿੰਦੇ ਹੁਣ ਅਗਲੀ ਕਾਰਵਾਈ ਅਗਲੀ ਗੱਲ ਦੀਨਾ ਕਾਂਗੜ ਦੀ ਧਰਤੀ ਜਿਹੜੇ ਮਾਲਵੇ ਦੀ ਧਰਤੀ ਹੈ ਸਤਿਗੁਰ ਜੀ ਉੱਥੇ ਪਹੁੰਚਿਆ ਫਿਰ ਉੱਥੇ ਸਤਿਗੁਰ ਜੀ ਨੇ ਜ਼ਫਰਨਾਮਾ ਲਿਖਿਆ ਚਾਹ ਸੁਧ ਕੇ ਚੂ ਬਚ ਗਿਆ ਕੁਸ਼ਤਹਚਾਰ ਕੇ ਬਾਕੀ ਬੇਮਾਇਦ ਪੇਚੀਦਾ ਮਾਰ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਵਾਰੀ ਹੋਈ ਚੀਜ਼ ਛੋਟੀ ਹੁੰਦੀ ਹੈ ਤੇ ਜਿੱਦੇ ਤੇ ਵਾਰੀ ਜਾਂਦੀ ਹੈ ਉਹ ਵੱਡੀ ਹੁੰਦੀ ਹੈ ਜਪੋ ਜੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਆ ਤੋ ਕਿਆ ਹੁਆ ਜੀਵਤ ਕਈ ਹਜ਼ਾਰ ਇਹ 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 ਕਿਰਪਾ ਹੈ ਇਹ ਬਖਸ਼ਿਸ਼ ਹੈ ਇਹ ਮਿਟਦੀ ਨਹੀਂ ਇਹ ਖਤਮ ਨਹੀਂ ਹੁੰਦੀ ਕੋਈ ਨੂੰ ਖਤਮ ਨਹੀਂ ਕਰ ਸਕਦਾ ਕੋਈ ਨੂੰ ਹਟਾ ਨਹੀਂ ਸਕਦਾ ਕੋਈ ਖੋ ਨਹੀਂ ਸਕਦਾ ਇਹ ਅਜਰ ਵਸਤੂ ਹੈ ਇਹ ਹੈ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਇ ਨਾ ਸਕੈ ਇਹਨੂੰ ਕੋਈ ਕਾਬੂ ਨਹੀਂ ਕਰ ਸਕਦਾ ਤੁਸੀਂ ਆਜ਼ਾਦ ਕੌਮ ਦੇ ਵਾਰਿਸ ਹੋ ਤੇ ਸਾਡੀ ਸੋਚ ਗੁਲਾਮ ਨਹੀਂ ਹੋ ਸਕਦੀ ਗੁਲਾਮ ਸੋਚ ਵਾਲਿਆਂ ਨੇ ਵਾਰ ਕੀਤੇ ਕਿ ਇਹ ਸਪੋਲਿਏ ਨੇ ਕਿ ਮੈਂ ਖੁਰਜੀ ਚੁਰਾ ਲਵਾਂ ਕਿ ਮੈਂ ਕੈਦ ਕਰਵਾ ਲਵਾਂ ਪਰ ਜਿਹੜੇ ਆਜ਼ਾਦ ਹੁੰਦੇ ਆ ਉਹ ਸਦਾ ਹੀ ਆਜ਼ਾਦ ਰਹਿੰਦੇ ਹਨਾ ਤੇ ਕਿਸੇ ਦਾ ਪ੍ਰਭਾਵ ਨਹੀਂ ਹੁੰਦਾ ਤੇ ਆਜ਼ਾਦ ਕੌਮ ਦੇ ਵਾਰਸੋ ਜਾਗ ਜਾਓ ਡਗਮਗ ਛਾੜ ਰੇ ਮਨ ਨਹੀਂ ਤੇ ਫਿਰ ਇਹੀ ਕਵਾਂਗੇ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਬਹਰ ਪਿਆ ਬਹਰ ਪਛਤਾਨੀ ਪ੍ਰਿਆ ਪ੍ਰੇਮ ਸਹਿਜ ਮਨ ਅੰਦਰ ਧਰੋਰੀ ਪ੍ਰਭ ਮਿਲਬੇ ਕੀ ਲਾਲਸਾ ਤਾਂ ਤੇ ਆਲਸ ਕਹਾ ਕਰੋਰੀ ਕਰਮੈ ਅੰਮ੍ਰਿਤ ਆਣ ਨਿਸਾਰਿਓ ਖਿਸਰ ਗयो ਭੂਮ ਪਰ ਡਾਰਿਓ ਸਾਦ ਮੋਹ ਲਾਦੀ ਅਹੰਕਾਰੇ ਦੋਸ਼ ਨਾ ਹੀ ਪ੍ਰਭ ਕਰਨੇ ਆ ਰਹੇ ਉਹਨੂੰ ਕੀ ਦੋਸ਼ ਦੇਣਾ ਦੋਸ਼ ਤੇ ਆਪਣਾ ਪਰਤ ਆਈਏ ਗੁਰੂ ਵਾਲੇ ਹੋਣਾ ਸੀ ਗੁਰੂ ਵਾਲੇ ਹੋ ਜਾਈਏ ਕੀ ਮੋ ਦਿਖਾਵਾਂਗੇ ਸਹਿਬਜ਼ਾਦਿਆਂ ਕੀ ਮੋ ਦਿਖਾਵਾਂਗੇ ਦਸ਼ਮੇਸ਼ ਬੇਤਾਂ ਨੂੰ ਇਹ ਸਰਦਾਰੀਆਂ ਬਖਸ਼ੀਆਂ ਇਹ ਅਣਖ ਬਖਸ਼ੀ ਇਹ ਜੀਵਨ ਬਖਸ਼ਿਆ ਇਹ ਜਾਗ ਦੀ ਜ਼ਮੀਰ ਬਖਸ਼ੀ ਸਤਗੁਰ ਜੀ ਨੇ ਸ਼ਬਦ ਦਾ ਝੰਡਾ ਪਰਚਮ ਬੁਲੰਦ ਕੀਤਾ ਇਹ ਪਰਚਮ ਸਦਾ ਹੀ ਝੂਲਦਾ ਰਹੇਗਾ ਤੇ ਸਤਗੁਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਹਿ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ ਜਿਨੇ ਸਭ ਪ੍ਰithvi ਕੋ ਜੀਤ ਕਰ ਨਿਸ਼ਾਨ ਝੁਲਾਏ ਇਹ ਨਿਸ਼ਾਨ ਝੂਲਦੇ ਰਹਿਣਗੇ ਉਸ ਪੰਥ ਦੇ ਉਸ ਵਾਰਸਾਂ ਦੇ ਬਾਕੀ ਦਾ ਜਿਹੜਾ ਇਤਿਹਾਸ ਹੈ ਹੁਣ ਅਗਲਾ 2-3 ਦਿਨ ਹੋਰ ਦਾਸ ਦੀ ਝੂਲੀ ਪਈ ਸੇਵਾ ਹੁਣ ਅਗਲੇ ਜਿਹੜੇ ਸਫਰ ਰਾਏ ਕੱਲੇ ਤੋਂ ਸਤਗੁਰ ਜੀ ਕਿਵੇਂ ਫਤਿਹਨਾਮਾ ਤੇ ਜ਼ਫਰਨਾਮਾ ਨੂੰ ਇਹਨਾਂ ਦੋਨੋਂ ਚਿੱਠੀਆਂ ਨੂੰ ਕਿਉਂਕਿ ਫਤਿਹਨਾਮਾ ਭੇਜ ਚੁੱਕੇ ਨੇ ਸਤਿਗੁਰੂ ਜੀ ਪਹਿਲੇ ਹੁਣ ਜ਼ਫਰਨਾਮੇ ਦੀ ਵਾਰੀ ਹੈ ਫਿਰ ਉਸ ਤੋਂ ਬਾਅਦ ਦੀ ਜਿਹੜੀ ਅਗਲਾ ਸਫਰ ਹੈ 40 ਮੁਕਤਿਆਂ ਦਾ ਇਹ 40 ਜੰਗੇ ਮੈਦਾਨ ਚਮਕੌਰ ਚ ਸ਼ਹੀਦ ਹੋ ਵਖਰੇ ਨੇ ਤੇ ਭਾਈ ਮਹਾ ਸਿੰਘ ਦਾ ਜੱਥਾ ਜਿਹੜਾ ਮਾਗੀ ਦਾ ਮੇਲਾ ਲੱਗਦਾ ਜਿਹੜਾ ਜਿਹੜਾ ਮੁਖਸਰ ਦੀ ਜੰਗ ਹੋਈ ਹੈ ਇਹ ਵੀ ਇਸੀ ਲੜੀ ਦੀ ਜੰਗ ਹੈ ਜੀ ਇਹ ਲਗਾਤਾਰ ਇਨੇ ਮਹੀਨੇ ਤੱਕ ਸਫਰ ਚੱਲਿਆ ਜ਼ਫਰਨਾਮਾ ਜਿਸ ਵੇਲੇ ਔਰੰਗਜ਼ੇਬ ਨੂੰ ਮਿਲਿਆ ਉਹਦੀ ਕੀ ਕੀ ਰਿਐਕਸ਼ਨ ਸੀ ਉਹਨੇ ਫਿਰ ਇਸ ਜ਼ਫਰਨਾਮੇ ਦੇ ਇਫਜ਼ ਦੇ ਵਿੱਚ ਕਿਹੜੀ ਚਿੱਠੀ ਲਿਖੀ ਅਗਲਾ ਕਿਹੜਾ ਸਫਰ ਚੱਲਿਆ ਔਰੰਗਾਬਾਦ ਤੱਕ ਸਤਗੁਰ ਜੀ ਨੇ ਇਹ ਜ਼ਫਰਨਾਮਾ ਲੈ ਕੇ ਕਿਨੂੰ ਭੇਜਿਆ ਭਾਈ ਦਇਆ ਸਿੰਘ ਧਰਮ ਸਿੰਘ ਦਾ ਸਫ਼ਰ ਕੀ ਕੀ ਰਿਆ ਕਿਥੋਂ ਕਿਥੋਂ ਕਿਹੜੇ ਕਿਹੜੀ ਪੈੜਾਂ ਤੇ ਤੁਰ ਕੇ ਕਿਥੇ ਔਰੰਗਾਬਾਦ ਰੁਕੇ ਨੇ ਸਰਕਾਰੀ ਦਰਬਾਰ ਉਸ ਜ਼ੁਲਮੋ ਸਤਮ ਦੇ ਵਿੱਚ ਵੀ ਔਰੰਗਾਬਾਦ ਦੀ ਧਰਤੀ ਤੇ ਪਹੁੰਚ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਵੜ ਕੇ ਕਹਿੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਕੀ ਫਤਿਹ ਹਿਲ ਜਾਂਦਾ ਔਰੰਗਜ਼ੇਬ ਕਿ ਮਰੇ ਨਹੀਂ ਅਜੇ ਤੱਕ ਇਹ ਖਤਮ ਨਹੀਂ ਹੋਇਆ ਅਜੇ ਤੱਕ जिन्ने वजीर खान नु कंबा दित्ता उसी फते ने औरंगजेब नु कंबाया फैल गया कौन आगे सिखड़े आगदा सि सिखड़े सगे सग कहंदे कुत्ते ए लफ्ज ਵਰਤੇ ਨੇ ਸਰਕਾਰੀ ਦਰਬਾਰ ਨੇ ਸਾਡੇ ਉਸ ਵੇਲੇ ਦੇ ਪਰ ਸਤਗੁਰ ਜੀ ਨੇ ਕਰੋਧ ਨਹੀਂ ਕੀਤਾ ਕਰੋਧ ਨਹੀਂ ਹੈ ਬਦਲਾ ਨਹੀਂ ਲੈਣਾ ਜ਼ੁਲਮ ਨੂੰ ਖਤਮ ਕਰਨਾ ਹੈ ਜ਼ੁਲਮ ਦੀਆਂ ਜ਼ੁਲਮੀ ਦੀਆਂ ਜਣਾ ਪਟਣੀਆਂ ਨੇ ਸਤਗੁਰ ਜੀ ਪਲੀ ਕਰਨ ਇਹ ਬਾਬਾਆਂੀਆਂ ਕਹਾਣੀਆਂ ਦੇ سلسلے ਚੱਲਦੇ ਰਹਿਣ ਇਹ ਇਤਿਫਾਕ ਬਣੇ ਰਹਿਣ ਇਹ ਸਤਸੰਗਤ ਦੀ ਕੜੀਆਂ ਮਿਲਦੀਆਂ ਰਹਿਣ ਆਪ ਸੰਗਤਾਂ ਸੰਗਤਾਂ ਦੇ ਚਰਣਾ ਦੇ ਚਰਣਾ ਨੂੰ ਜੋੜੇ ਛਾੜਦੇ ਰਹੀਏ ਇਹ ਸੇਵਾਵਾਂ ਸਭ ਕੁਝ ਮੈਂ ਸਾਰਿਆਂ ਦਾ ਸਮੂਚੇ ਤੌਰ ਤੇ ਧੰਨਵਾਦ ਦੀਆਂ ਸਮਾਪਤੀ ਵੱਲ ਹੈ ਕੱਲ ਨੂੰ ਅਸੀਂ ਇਹ ਸਫ਼ਰ ਅੱਗੇ ਤੋਰਾਂਗੇ ਸਫ਼ਰ ਹਜ ਮੁਕਿਆ ਨਹੀਂ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਕੋਈ ਸਫ਼ਰ ਦਾ ਅੰਤ ਨਹੀਂ ਹੈ ਇਹ ਤੇ ਸ਼ੁਰੂਆਤ ਹੈ ਇਹ ਆਗਾਜ਼ ਹੈ ਇਹ ਆਰੰਭ ਹੈ ਉਸ ਕੜੀ ਦਾ ਆਰੰਭ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੱਕ ਜਾਏਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਿੱਕੇ ਤੇ ਕੀ ਛਾਪਦਾ ਹੈ ਇਹ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਭਾਈ ਮਨੀ ਸਿੰਘ ਦੀ ਸ਼ਹਾਦਤ ਤੱਕ ਜਾਏਗਾ ਇਹ ਫਿਰ ਸਫ਼ਰ ਸਿੱਖ ਮਿਸਲਾਂ ਦਾ ਸਫ਼ਰ ਹੈ 11 ਮਿਸਲਾਂ ਕਾਇਮ ਹੋਈਆਂ ਫਿਰ ਇਹ ਸਫ਼ਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਫ਼ਰ ਹੈ ਸੋ ਆਓ ਜੀ ਕੱਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਕੋ ਹੋ ਸਕੇ ਆਪ ਸੰਗਤਾਂ ਦੇ ਦਰਸ਼ਨ ਇਹਨਾਂ ਰਾਜ ਇਹ ਰਾਜਪਾਗ ਇਹ ਸਾਡੀ ਵਿਰਾਸਤ ਨਾਲ ਕਰਾਵਾਂਗੇ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਅੱਜ ਤੱਕ ਦਾ ਜਿੰਨਾ ਇਤਿਹਾਸ ਆਪ ਸੰਗਤਾਂ ਦੇ ਸਾਹਮਣੇ ਰੱਖਿਆ ਹੈ ਇਹ ਸਿਖਰ ਨਹੀਂ ਹੈ ਇਹ ਅੰਤ ਨਹੀਂ ਹੈ ਤੇ ਸਿਰਫ ਇੱਕ ਕਣੀ ਹੈ ਇੱਕ ਬੂੰਦ ਹੈ ਸਾਗਰ ਵਿੱਚੋਂ ਇਤਿਹਾਸ ਬਹੁਤ ਹੈ ਸਤਿਗੁਰ ਪਲੀ ਕਰਨ ਸਮੁੱਚੇ ਤੌਰ ਤੇ ਸਾਰਿਆਂ ਦਾ ਧੰਨਵਾਦ ਸਾਰੇ ਪਤਵੰਤੇ ਸੱਜਣ ਮੈਨੂੰ ਤੇ ਅੱਜ 8 ਸਾਲ ਪੁਰਾਣੀ ਗੱਲਾਂ ਯਾਦ ਆ ਰਹੀਆਂ ਜਦ 8 ਸਾਲ ਪਹਿਲਾਂ ਵੀ ਇਸ ਸਟੇਜ ਤੋਂ ਸਬਜ਼ਾਦਿਆਂ ਦੀ ਕਥਾ ਕੀਤੀ ਅਜੀਤ ਸਿੰਘ ਸਵਿੰਦਰ ਸਿੰਘ ਇਹ ਸਾਰੇ ਪਿਆਰੇ ਉਹ ਲਗਾਤਾਰ ਆਪ ਸੰਗਤਾਂ ਨਹੀਂ ਤੋੜਿਆ ਬਸ ਮੈਂ ਕੋਈ ਇੱਥੇ ਕਥਾ ਸੁਣਾਉਣ ਨਹੀਂ ਆਉਂਦਾ ਵੱਡੇ ਵੱਡੇ ਸਿਆਣੇ ਇੰਦਰਜੀਤ ਸਿੰਘ ਬੈਠੇ ਐ ਪੀ ਵੀਰ ਜੀ ਸਾਰੇ ਬੈਠੇ ਮੈਂ ਸਿਰਫ ਆਪਣੀ ਸੰਥਿਆ ਸੁਣਾਉਣ ਆਉਂਦਾ ਕਿ ਠੀਕ ਹੈ ਜਾਂ ਨਹੀਂ ਹੈ ਆਪ ਸੰਗਤ ਗੁਰੂ ਰੂਪ ਹੋ ਆਪ ਸਿਰ ਤੇ ਮੇਰ ਪਰਿਆ ਹੱਥ ਰੱਖੋ ਅਸੀਸ ਬਖਸ਼ੋ ਸਾਰਿਆਂ ਨੂੰ ਬਹੁਤ ਬਹੁਤ ਭਾਵਨਾ ਅੰਦਰ ਸਤਿਗੁਰਜੀ ਬਖਸ਼ਣ ਸਾਰਿਆਂ ਨੂੰ ਅੰਦਰ ਚਾਹੋ ਬਖਸ਼ਣ ਪੁਲਾ ਚੁਕਾਂ ਦੀ ਖਿਮਾ ਗੱਜ ਬੱਜ ਕੇ ਫਤਿਹ ਬੁਲਾਵਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ